ਉਦੋਂ ਵੀ ਬੜਾ ਲਾਜ ਕਰਾਇਆ ਸੀ ਮੰਮੀ ਦਾ, ਬੜਾ ਹੀ ਮਤਲਬ ਉਹਨਾਂ ਨੇ ਦੁੱਖ ਪਾਇਆ 6 ਮਹੀਨੇ। ਮਤਲਬ ਇੰਨਾ ਕੁ ਬੁਰਾ ਹਾਲ, ਇੰਨੀ ਕੁ ਜ਼ਿਆਦਾ ਉਹਨਾਂ ਨੂੰ ਤਕਲੀਫ ਹੋਈ ਨਾ ਕਿ 6 ਮਹੀਨੇ ਲਗਾਤਾਰ ਉਹਨਾਂ ਨੇ ਇੱਕੇ ਮੰਜੀ 'ਤੇ ਪੈ ਕੇ ਕੱਟੇ। ਮਤਲਬ ਸਾਹ ਲੈਣਾ ਔਖਾ ਹੋ ਜਾਂਦਾ ਹੁੰਦਾ ਸੀ ਉਹਨਾਂ ਨੂੰ ਦਿਨੇ ਰਾਤ। ਮਤਲਬ ਮੈਂ ਸਾਰੀ ਸਾਰੀ ਰਾਤ ਆਪਣੀ ਮੰਮੀ ਨੂੰ ਘੁੱਟਦੀ ਰਹਿੰਦੀ। ਸਾਹਿਲ ਵੀ ਬਹੁਤ ਛੋਟੇ ਸੀ ਜਦੋਂ ਇਹਨਾਂ ਦੇ ਮੰਮੀ ਪਾਪਾ ਚਲੇ ਜਾਂਦੇ, ਢਾਈ ਜਦੋਂ ਮੇਰੇ ਮੰਮੀ ਦੀ ਡੈਥ ਹੋਈ ਉਦੋਂ ਵੀ ਇਹ ਬਹੁਤ ਛੋਟਾ ਸੀ। ਬਾਅਦ ਵਿੱਚ ਮੇਰੇ ਮੰਮੀ ਦੀ ਡੈਥ ਹੋਣ ਤੋਂ ਬਾਅਦ ਛੇਤੀ ਮੁੜ ਕੇ ਇਹਦੇ ਮੰਮੀ ਡੈਡੀ ਦੀ ਵੀ ਡੈਥ ਹੋ ਗਈ। ਮਤਲਬ 7-8 ਸਾਲਾਂ ਦਾ ਸੀ ਜਦੋਂ ਹੋ ਗਈ ਡੈਥ। ਜਦੋਂ ਦੀ ਮਦਰ ਤੋਂ ਕਿੰਨੇ ਚਿਰ ਬਾਅਦ ਇਹਨਾਂ ਦੇ ਪੇਰੈਂਟਸ ਦੀ ਡੈਥ ਹੋਈ? 5-6 ਸਾਲਾਂ ਬਾਅਦ ਹੀ ਮੁੜ ਕੇ ਉਹ ਵੀ ਪੂਰੇ ਹੋ ਜਾਂਦੇ। ਹਾਂਜੀ, ਪਤਾ ਹੀ ਨਹੀਂ ਲੱਗਾ, ਇੱਕਦਮ ਘਰ ਸਾਰਾ ਹੀ ਉਜੜ ਗਿਆ। ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਬਣਿਆ ਕਿ ਸਾਡੇ ਨਾਲ, ਕਿ ਇੱਕ ਵੀ ਗਿਆ, ਦੋ ਵੀ ਗਿਆ, ਤੀਜਾ ਵੀ ਗਿਆ, ਘਰ ਹੀ ਸਾਰਾ ਉਜੜ ਗਿਆ, ਕੋਈ ਰਹਿ ਹੀ ਨਹੀਂ ਗਿਆ ਮੁੜ ਕੇ ਘਰ ਦੇ ਵਿੱਚ। ਅਤੇ ਬੱਸ ਦੀ ਅਚਾਨਕ ਬੈਲਟ ਟੁੱਟ ਜਾਂਦੀ ਆ, ਅਤੇ ਬੈਲਟ ਟੁੱਟਣ ਦੇ ਨਾਲ ਅੱਗੇ ਇੱਕ ਬੜਾ ਵੱਡਾ ਦਰਖਤ ਸੀ ਜਿਹਦੇ ਵਿੱਚ ਉਹ ਟਕਰਾ ਕੇ ਅਤੇ 2 ਫਾੜ ਹੋ ਗਈ। ਕਾਫੀ ਜਾਣਿਆਂ ਦੀ ਉਦੋਂ ਇੱਦਾਂ ਮੌਕੇ 'ਤੇ ਮੌਤ ਹੋ ਚੁੱਕੀ ਸੀ, ਅਤੇ ਸਾਡੇ ਪਾਪਾ ਵੀ ਉਹਨਾਂ ਦੇ ਵਿੱਚ ਹੀ ਗਏ ਉਦੋਂ। ਕਿ ਕਾਸ਼ ਉਸ ਦਿਨ ਸਾਡੇ ਪਾਪਾ ਨਾ ਰਹਿੰਦੇ ਉਸ ਬੱਸ ਦੇ ਵਿੱਚ, ਅਤੇ ਨਾ ਉਹਨਾਂ ਦੀ ਮੌਤ ਹੁੰਦੀ। ਬਸ ਇਸੇ ਚੱਕਰ 'ਚ ਮੰਮੀ ਇੰਨੀ ਟੈਨਸ਼ਨ ਲੈਂਦੇ ਹੁੰਦੇ ਸੀ। ਮੰਮੀ ਨੂੰ ਇੱਕ ਜਿੱਦਾਂ ਸ਼ੂਗਰ ਸੀਗੀ, ਅਤੇ ਉਹਨਾਂ ਦੀ ਸ਼ੂਗਰ ਇੰਨੀ ਕੁ ਜ਼ਿਆਦਾ ਵਧਣ ਲੱਗ ਗਈ, ਉਹਨਾਂ ਨੂੰ ਬਿਮਾਰੀ ਨੇ ਇੰਨਾ ਕੁ ਘੇਰ ਲਿਆ ਕਿ 5 ਸਾਲ ਬਾਅਦ ਹੀ ਮੇਰੇ ਮੰਮੀ ਦੀ ਵੀ ਮਤਲਬ ਡੈਥ ਹੋ ਗਈ। ਇਹ ਵੀ ਵਿਚਾਰਾ ਇੱਦਾਂ ਹੀ ਕਦੀ ਕਿਤੇ ਕਦੀ ਕਿਤੇ। ਬ੍ਰਦਰ ਉਹਦੀ ਬਿਮਾਰੀ ਵੀ ਇੰਨੀ ਸੀਰੀਅਸ ਸੀ ਨਾ ਕਿ ਉਹਦੀ ਬਿਮਾਰੀ ਨੂੰ ਕੰਟਰੋਲ ਹੀ ਨਹੀਂ ਕੀਤਾ ਗਿਆ ਕਿਸੇ ਕੋਲੋਂ ਵੀ। ਮਤਲਬ ਸ਼ੂਗਰ ਹੋਣ ਕਰਕੇ ਜਿੱਦਾਂ ਅੰਦਰ ਸਾਰਾ ਹੀ ਜਿੱਦਾਂ ਇੰਟਰਨਲ ਜਿਹੜੇ ਆਪਣੇ ਔਰਗਨਸ ਆ, ਹਾਂਜੀ, ਬੋਡੀ ਪਾਰਟ ਸਾਰੇ ਹੀ ਡੈਡ ਹੋ ਚੁੱਕੇ, ਜਿੱਦਾਂ ਕਿਡਨੀਆਂ ਹੋ ਗਈਆਂ, ਹਾਰਟ ਹੋ ਗਿਆ, ਮਤਲਬ ਇੱਦਾਂ ਫੇਫੜੇ ਵਗੈਰਾ ਸਾਰਾ ਹੀ, ਸਾਰਾ ਕੁਛ ਅੰਦਰੋਂ ਵਿਚਾਰੇ ਦਾ ਬਰਬਾਦ ਹੋ ਗਿਆ। ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਉਹਨੂੰ ਅਸੀਂ ਬਚਾ ਨਹੀਂ ਸਕੇ। ਜਦੋਂ ਉਹਦੀ ਡੈਥ ਹੋਈ ਆ ਨਾ, ਡੈਥ ਹੋਣ ਤੋਂ 4 ਦਿਨ ਪਹਿਲਾਂ ਉਹ ਇੱਕਦਮ ਠੀਕ ਹੋ ਗਿਆ। ਹਾਂ, ਅਸੀਂ ਸਾਰੀ ਭੈਣ ਭਰਾ ਸਾਰੇ ਰਿਸ਼ਤੇਦਾਰ ਬੜੇ ਖੁਸ਼ ਕਿ ਇਹਨੂੰ ਫਰਕ ਪੈ ਗਿਆ ਆ, ਕਿ ਜਿੱਥੇ ਉਹਦੀਆਂ ਲੱਤਾਂ ਨਾ, ਸਰੀਰ ਇੰਨਾ ਭਾਰਾ ਸੀ ਨਾ, ਪਾਣੀ ਨਾ ਭਰਿਆ ਸੀ, ਇੱਕਦਮ ਹੌਲਾ ਜਿਹਾ ਹੋ ਗਿਆ। ਅਤੇ ਅਸੀਂ ਕਿਹਾ ਕਿ ਚਲੋ ਇਹਨੂੰ ਹੁਣ ਫਰਕ ਪੈ ਗਿਆ। ਅਤੇ ਜਦੋਂ ਉਸ ਵਿਚਾਰੇ ਨੂੰ ਅਟੈਕ ਆਇਆ, ਉੱਦਣ ਅਸੀਂ ਉਹਦੇ ਕੋਲ ਵੀ ਨਹੀਂ ਸੀ ਹੈਗਾ ਕੋਈ ਸਾਡੇ 'ਚੋਂ, ਸਾਡੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਪੂਰਾ ਹੋ ਗਿਆ ਹੈ। ਇਹ ਬਹੁਤ ਛੋਟਾ ਸੀ, ਇਹਨੂੰ ਤਾਂ ਆਪਣੇ ਪਾਪਾ ਦੀ ਵੀ ਸ਼ਕਲ ਥੋੜ੍ਹੀ ਬਹੁਤੀ ਯਾਦ ਹੋਣੀ ਆ। ਸਾ ਜਿੱਦਾਂ ਹੁਣ ਸਾਡੀ ਗੁਰਮੇਹ ਹੈਗਾ 3-2.5 ਸਾਲਾਂ ਦੀ ਹੈ ਨਾ, 2.5 ਇੰਨਾ ਕੁ ਸੀਗਾ ਜਦੋਂ ਇਹਦੇ ਪਾਪਾ ਦੀ ਡੈਥ ਹੋਈ ਆ। ਇਹ ਆਸ਼ਰਮ 'ਚ ਕਿੱਦਾਂ ਪਹੁੰਚਦੇ ਨੇ? ਜਦੋਂ ਸਾਡੇ ਮੇਰੇ ਮੰਮੀ ਡੈਡੀ ਇੱਦਾਂ ਹੋ ਗਏ, ਅਤੇ ਮਗਰ ਇਹਦੇ ਮੰਮੀ ਡੈਡੀ ਵੀ ਇੱਦਾਂ ਹੀ ਹੋ ਗਏ। ਮਤਲਬ ਕਿ ਪਤਾ ਹੀ ਨਹੀਂ ਲੱਗਾ, ਛੇਤੀ ਛੇਤੀ 1-2-3 ਸਾਲਾਂ ਦੇ ਵਿੱਚ ਵਿੱਚ ਜਿੱਦਾਂ ਘਰ ਇੱਦਾਂ ਹੋ ਗਿਆ। ਇਹ ਉਦੋਂ ਜ਼ਿਆਦਾ ਛੋਟੇ ਸੀ ਕਿ ਹੁਣ ਇਹ ਕਿਦਕੋ ਜਾਣ, ਕਿੱਥੇ ਰਹਿਣ, ਕੋਈ ਜ਼ਿੰਮੇਵਾਰੀ ਚੁੱਕਣ ਨੂੰ ਰਿਸ਼ਤੇਦਾਰ ਨਹੀਂ ਰਾਜੀ। ਐਵੇਂ ਆਖੀਏ ਕਿਸੇ ਵੀ ਭੈਣ ਭਰਾ ਨੇ ਇਹ ਨਹੀਂ ਕਿਹਾ ਕਿ ਚਲੋ ਅਸੀਂ ਇਹਨੂੰ ਆਪਣੇ ਕੋਲ ਇਹਨਾਂ ਨੂੰ ਰੱਖਦੇ ਹਾਂ। ਅਤੇ ਉੱਥੇ ਜਾ ਕੇ ਕਦੀ ਯਾਦ ਆਉਂਦੀ ਹੁੰਦੀ ਸੀ ਘਰ ਦੀ, ਪਰਿਵਾਰ ਦੀ? ਉੱਥੇ ਜਾ ਕੇ ਵੀ ਜਦੋਂ ਗਏ ਬਸ ਰੋਂਦੇ ਰਹੀਦਾ ਸੀ, ਬੂਹੇ ਵਾਲਾ ਲੱਗ ਲੱਗ ਕਦੀ ਕਮਰਿਆਂ 'ਚ ਵੜ ਵੜ ਰੋਂਦੇ ਰਹੀਦਾ ਸੀ ਕਿ ਅੱਜ ਮਾਂ ਪਿਓ ਹੁੰਦੇ, ਅੱਜ ਆਸ਼ਰਮ ਤੋਂ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਬੜਾ ਰੋਈਦਾ ਸੀ ਉੱਥੇ ਵੀ ਜਾ ਕੇ। ਪਰਮਾਤਮਾ ਦੇ ਅੱਗੇ ਬੜਾ ਰੋਏ ਹਾਂ, ਬੜਾ ਖਪੇ ਹਾਂ, ਅਰਦਾਸਾਂ ਕੀਤੀਆਂ ਸੀ ਕਿ ਚੱਲ ਜੇ ਮਾਂ ਪਿਓ ਨਹੀਂ ਤਾਂ ਸਾਡਾ ਭਰਾ ਹੀ ਰਹਿ ਜਾਂਦਾ, ਪਰ ਇਹੋ ਹੀ ਸ਼ਿਕਵਾ ਰਹਿ ਗਿਆ ਕਿ ਤੁਸੀਂ ਤਾਂ ਸਾਡੀ ਜਾੜੀ ਖਤਮ ਕਰ ਦਿੱਤੀ। ਪਰ ਰੱਬ ਅੱਗੇ ਸਾਰੀ ਜ਼ਿੰਦਗੀ ਇਹੋ ਹੀ ਰਹਿਣਾ ਆ ਰੋਸ ਕਿ ਸਾਡਾ ਕੋਈ ਤਾਂ ਹੁੰਦਾ ਪਿੱਛੇ ਮਾਪਿਆਂ 'ਚ। ਮਤਲਬ 7 ਮਾਸੀਆਂ ਜਾਂ 8ਵੀਂ ਸਾਡੀ ਮੰਮੀ ਸੀ, ਅਤੇ ਲਾਸਟ ਦੀ ਬਾਕੀ ਜਿੱਦਾਂ ਹੁਣ ਅਸੀਂ ਫਿਰ 3 ਭੈਣਾਂ ਹੀ ਰਹਿ ਗਈਆਂ, ਅਤੇ ਜਾਂ ਸਾਹਿਲ ਆ। ਮਤਲਬ ਸਾਡਾ ਭਰਾ ਵੀ ਜਿਹੜਾ ਗਿਆ, ਅਤੇ ਰੱਬ ਅੱਗੇ ਤਾਂ ਸਾਰੀ ਜ਼ਿੰਦਗੀ ਇਹੋ ਹੀ ਰੋਸ ਰਹਿਣਾ। ਚਲੋ ਜ਼ਿਆਦਾ ਨਹੀਂ, ਥੋੜ੍ਹੀ ਉਮਰ ਹੀ ਹੋਰ ਬਖਸ਼ ਦਿੰਦਾ।
ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਰਣਜੀਤ ਬਾਵਾ ਹੋਰਾਂ ਨੇ ਆਪਣੇ ਗੀਤ ਦੇ ਵਿੱਚ ਬਹੁਤ ਸੋਹਣਾ ਲਿਖਿਆ ਹੈ, ਬਹੁਤ ਸੋਹਣਾ ਗਾਇਆ ਹੈ, ਦਰਦ ਬਿਆਨ ਕੀਤਾ ਹੈ ਇੱਕ ਧੀ ਦਾ ਕਿ ਮਾਂ ਮਰੇ ਤਾਂ ਪੇਕੇ ਮੁੱਕ ਜਾਂਦੇ, ਪਿਓ ਮਰੇ ਘਰ ਵਿਹਲਾ। ਅੱਜ ਇਹ ਮੈਂ ਗੱਲਾਂ ਕਿਉਂ ਕਰ ਰਹੀ ਹਾਂ, ਇਹ ਦੁੱਖ ਭਰੇ ਸ਼ਬਦ ਇਸ ਕਰਕੇ ਬੋਲ ਰਹੀ ਹਾਂ ਕਿਉਂਕਿ ਅੱਜ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੁਛ ਇਸ ਤਰ੍ਹਾਂ ਦੀ ਆ। ਮੇਰੇ ਨਾਲ ਸੰਦੀਪ ਅਤੇ ਸਾਹਿਲ ਪ੍ਰੀਤ ਨੇ, ਇਹਨਾਂ ਨੂੰ ਅਕਸਰ ਤੁਸੀਂ ਦਾ ਪੰਜਾਬ ਚੈਨਲ ਦੇ ਸ਼ੋਰਟ ਮੂਵੀਜ਼ ਦੇ ਵਿੱਚ ਦੇਖਿਆ ਹੋਊਗਾ, ਸੀਰੀਜ਼ ਦੇ ਵਿੱਚ ਦੇਖਿਆ ਹੋਊਗਾ। ਐਕਟਿੰਗ ਕਰਦੇ ਨੇ, ਬਹੁਤ ਸੋਹਣਾ ਆਪਣਾ ਰੋਲ ਜਿਹੜਾ ਹੈ ਉਹ ਨਿਭਾਉਂਦੇ ਨੇ, ਪਰ ਜੋ ਸਕਰੀਨ 'ਤੇ ਦੇਖਦਾ ਨਾ ਉਹਦੇ ਪਿੱਛੇ ਦੀ ਕਹਾਣੀ ਬਹੁਤ ਓਪੋਜ਼ਿਟ ਹੁੰਦੀ ਆ। ਅੱਜ ਸੰਦੀਪ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ। ਸੰਦੀਪ ਬਹੁਤ ਛੋਟੀ ਸੀ ਜਦੋਂ ਮਾਂ ਬਾਪ ਦੀ ਡੈਥ ਹੋ ਜਾਂਦੀ ਆ। ਸਾਹਿਲ ਪ੍ਰੀਤ ਉਹਨਾਂ ਦੇ ਮਾਮੇ ਦਾ ਬੇਟਾ ਹੈ ਅਤੇ ਸਾਹਿਲ ਜਦੋਂ ਛੋਟਾ ਜਿਹਾ ਸੀਗਾ ਤਾਂ ਮਦਰ ਦੀ ਡੈਥ ਹੋ ਜਾਂਦੀ ਹੈ ਅਤੇ ਥੋੜ੍ਹੇ ਟਾਈਮ ਬਾਅਦ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ। ਕੀ ਇਹ ਸਾਰਾ ਕੁਛ ਹੁੰਦਾ ਆ, ਕਿਵੇਂ ਇਹ ਆਪਣਾ ਸ਼ੋਰਟ ਮੂਵੀਜ਼ ਦਾ ਸਫ਼ਰ ਸ਼ੁਰੂ ਕਰਦੇ ਆ, ਕਿਵੇਂ ਇੱਥੇ ਤੱਕ ਪਹੁੰਚਦੇ ਆ, ਸਾਰੀ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਾਹਿਲ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਪ੍ਰੀਤ, ਜਿਵੇਂ ਮੈਂ ਪਹਿਲਾਂ ਕਿਹਾ ਕਿ ਜੇ ਮਾਂ ਨਹੀਂ ਹੁੰਦੀ ਤਾਂ ਪੇਕੇ ਨਹੀਂ ਹੁੰਦੇ, ਅਤੇ ਪਿਓ ਬਿਨਾਂ ਘਰ ਹੀ ਸੁਣਨਾ ਲੱਗਦਾ, ਘਰ ਘਰ ਨਹੀਂ ਲੱਗਦਾ, ਹੈ ਨਾ। ਬਹੁਤ ਛੋਟੇ ਸੀਗੇ ਜਦੋਂ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ, ਫਿਰ ਥੋੜ੍ਹੇ ਚਿਰ ਬਾਅਦ ਮਾਤਾ ਜੀ ਦੀ ਡੈਥ ਹੋ ਜਾਂਦੀ ਹੈ, ਕਿਵੇਂ ਸਾਰਾ ਕੁਛ ਹੁੰਦਾ? ਬਸ ਅਸੀਂ ਤਾਂ ਉਦੋਂ ਛੋਟੇ ਸੀ, ਜਿਹੜੇ ਮੇਰੇ ਪਾਪਾ ਸੀ ਉਹਨਾਂ ਦੀ ਮੌਤ ਤਾਂ ਰੋਡ ਐਕਸੀਡੈਂਟ ਦੇ ਵਿੱਚ ਹੋ ਗਈ। ਸਾਨੂੰ ਤਾਂ ਉਦੋਂ ਇੰਨਾ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ, ਮਤਲਬ ਇੰਨੇ ਹੁਸ਼ਿਆਰ ਹੀ ਨਹੀਂ ਸੀ ਜਿੰਨੇ ਬੱਚੇ ਹੁਣ ਅੱਜ ਕੱਲ੍ਹ ਦੇ ਹੁਸ਼ਿਆਰ ਆ। ਚਲੋ ਪਾਪਾ ਦੀ ਤਾਂ ਬੱਸ ਦੇ ਨਾਲ ਬੱਸ ਐਕਸੀਡੈਂਟ ਹੋ ਗਿਆ, ਹੈ ਨਾ, ਅਤੇ ਮੰਮੀ ਬਾਅਦ ਵਿੱਚ, ਮੰਮੀ ਜਿਹੜੇ ਸ਼ੂਗਰ ਦੇ ਪੇਸ਼ੈਂਟ ਸੀ। ਪਾਪਾ ਦਾ ਐਕਸੀਡੈਂਟ ਕਿੱਦਾਂ ਹੁੰਦਾ ਆ ਬੱਸ ਦੇ ਵਿੱਚ? ਬੱਸ ਕਾਹਦੇ ਨਾਲ ਟਕਰਾਉਂਦੀ ਆ? ਉਹਨਾਂ ਦੀ ਬੱਸ ਇੱਦਾਂ ਆਉਂਦੀ ਪਈ, ਗੁਰਦੁਆਰੇ ਪਾਠ ਕਰਦੇ ਹੁੰਦੇ ਸੀ ਜਿੱਦਾਂ ਹੁਸ਼ਿਆਰਪੁਰ ਵੱਲੋਂ ਆਉਣ ਡੇ ਸੀ, ਅਤੇ ਬੱਸ ਦੀ ਅਚਾਨਕ ਬੈਲਟ ਟੁੱਟ ਜਾਂਦੀ ਆ, ਅਤੇ ਬੈਲਟ ਟੁੱਟਣ ਦੇ ਨਾਲ ਅੱਗੇ ਇੱਕ ਬੜਾ ਵੱਡਾ ਦਰਖਤ ਸੀ ਜਿਹਦੇ ਵਿੱਚ ਉਹ ਟਕਰਾ ਕੇ ਅਤੇ ਦੋ ਫਾੜ ਹੋ ਗਈ। ਕਾਫੀ ਜਾਣਿਆਂ ਦੀ ਉਦੋਂ ਇੱਦਾਂ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ, ਅਤੇ ਸਾਡੇ ਪਾਪਾ ਵੀ ਉਹਨਾਂ ਦੇ ਵਿੱਚ ਸੀਗੇ ਉਦੋਂ, ਅਤੇ ਬੜਾ ਦਰਦਨਾਕ ਜਿਹੜਾ ਹਾਦਸਾ ਹੋਇਆ ਉਦੋਂ ਸਾਡੇ ਨਾਲ, ਅਤੇ ਜੋ ਅੱਜ ਵੀ ਅਸੀਂ ਯਾਦ ਕਰਦੇ ਹਾਂ ਅਤੇ ਬੜਾ ਦੁੱਖ ਲੱਗਦਾ ਆ ਕਿ ਕਾਸ਼ ਉਸ ਦਿਨ ਸਾਡੇ ਪਾਪਾ ਨਾ ਬਹਿੰਦੇ ਉਸ ਬੱਸ ਦੇ ਵਿੱਚ, ਅਤੇ ਨਾ ਉਹਨਾਂ ਦੀ ਮੌਤ ਹੁੰਦੀ। ਬਸ ਇਸੇ ਤਰ੍ਹਾਂ ਹੀ ਬਾਕੀ ਮੇਰੇ ਡੈਡੀ ਜਿਹੜੇ ਸੀਗੇ ਉਹ ਗ੍ਰੰਥੀ ਸੀਗੇ। ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ ਤਿੰਨ ਭੈਣਾਂ ਅਤੇ ਇੱਕ ਬ੍ਰਦਰ ਸੀ, ਇੱਕ ਭਰਾ। ਹਾਂਜੀ। ਪਿਤਾ ਜਦੋਂ ਚਲਾ ਜਾਂਦਾ ਸਾਰੀ ਜ਼ਿੰਮੇਵਾਰੀ ਮਾਤਾ 'ਤੇ ਆ ਜਾਂਦੀ, ਕਿਉਂਕਿ ਤੁਸੀਂ ਸਾਰੇ ਛੋਟੇ ਸੀਗੇ, ਇੱਕ ਭੈਣ ਤੁਹਾਡੀ ਵੱਡੀ ਹੈ ਨਾ, ਬਾਕੀ ਦੋ ਛੋਟੇ ਭੈਣ ਭਰਾ ਤੁਹਾਡੇ। ਫਿਰ ਉਹ ਘਰ ਦਾ ਖਰਚਾ, ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਦੀਆਂ ਫੀਸਾਂ, ਉਹ ਮਦਰ ਕਿੱਦਾਂ ਮੈਨੇਜ ਕਰਦੇ ਆ? ਔਖਾ ਸੀਗਾ ਉਦੋਂ, ਕਿਉਂਕਿ ਉਦੋਂ ਇੰਨੇ ਕਮਾਈ ਦੇ ਸਾਧਨ ਹੀ ਨਹੀਂ ਸੀ ਹੁੰਦੇ, ਸਿੱਧੇ ਸਾਧੇ ਲੋਕ ਹੁੰਦੇ ਸੀ ਜ਼ਿਆਦਾਤਰ। ਵੱਧ ਤੋਂ ਵੱਧ ਇਹੀ ਕਿ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ ਹੁੰਦੇ ਸੀ, ਬਾਕੀ ਜੋ ਆਮਦਨ ਪੈਲੀਆਂ ਤੋਂ ਜਿੱਦਾਂ ਕਣਕ ਝੋਨੇ ਤੋਂ ਹੈ ਨਾ ਆਉਣੀ, ਉਹਦੇ ਨਾਲ ਗੁਜ਼ਾਰਾ ਕਰਨਾ। ਇਹ ਸੀ ਕਿ ਜਿਹੜੇ ਮੇਰੇ ਡੈਡੀ ਸੀਗੇ ਉਹ ਇੱਦਾਂ ਗ੍ਰੰਥੀ ਸੀ ਬੜੇ ਵੱਡੇ, ਅਤੇ ਪਾਠ ਕਰਦੇ ਹੁੰਦੇ ਸੀ। ਚਲੋ ਜਿਹੜਾ ਹੈ ਨਾ ਉੱਥੇ ਜਿਹੜਾ ਉਹਨਾਂ ਨੂੰ ਬਚਦਾ ਹੁੰਦਾ ਸੀ ਚੜਾਵਾ, ਮਤਲਬ 40 ਰੁਪਈਏ ਦੇ ਹਿਸਾਬ ਦੇ ਨਾਲ ਪੂਜਾ ਲੈਂਦੇ ਹੁੰਦੇ ਸੀ, ਜਾਂ ਘੁੰਮਣਾ ਵਾਲੇ ਜਿੱਦਾਂ ਬ੍ਰਹਮ ਗਿਆਨੀ ਆ, ਅਤੇ ਉਹਨਾਂ ਦੇ ਨਾਂ 'ਤੇ ਪਾਠ ਕਰਦੇ ਹੁੰਦੇ ਸੀ, 40 ਰੁਪਈਏ ਪੂਜਾ ਰੱਖੀ ਹੁੰਦੀ ਸੀ। ਬਾਕੀ ਆਪਣੀ ਮਰਜ਼ੀ ਦੇ ਨਾਲ ਜੇ ਕੋਈ ਉਹਨਾਂ ਨੂੰ ਦਿੰਦਾ ਹੁੰਦਾ ਸੀ ਜੋ ਵੀ ਚੜਾਵਾ ਜਾਂ ਪਾਠ ਕਰਨ ਦਾ, ਉਹ ਆਪਣੀ ਮਰਜ਼ੀ ਦੇ ਮੁਤਾਬਕ ਹੀ ਦਿੰਦੇ ਹੁੰਦੇ ਸੀ ਪੈਸੇ ਧੇਲਾ। ਚਲੋ ਉਸੇ ਦੇ ਨਾਲ ਹੀ ਇਹ ਗੁਜ਼ਾਰਾ ਚੱਲਦਾ ਸੀ ਸਾਡੇ ਘਰ ਦਾ। ਅਤੇ ਜਦੋਂ ਪਾਪਾ ਇੱਦਾਂ ਹੋ ਗਏ, ਫਿਰ ਮੰਮੀ ਨੇ ਬੜੀ ਟੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਇਹਨਾਂ ਗੱਲਾਂ ਦੀ ਕਿ ਹੁਣ ਮੈਂ ਕਿੱਥੋਂ ਖਵਾਉਣਾ ਆਪਣੇ ਬੱਚਿਆਂ ਨੂੰ, ਮੈਂ ਕਮਾ ਕੇ ਕਿੱਥੋਂ ਲਿਆਵਾਂ, ਅਤੇ ਕਿੱਥੋਂ ਇਹਨਾਂ ਦੀਆਂ ਫੀਸਾਂ ਭਰਾਂ, ਹਾਂ ਇਹਨਾਂ ਦੇ ਖਰਚੇ ਕਰਾਂ, ਰੋਟੀ ਪਾਣੀ ਸਾਰਾ ਕੁਛ ਚੱਲਣਾ। ਅਤੇ ਉੱਦਾਂ ਹੀ ਸੀ ਇੱਕ ਪਾਪਾ ਦੇ ਖਤਮ ਹੋਣ ਨਾਲ, ਹੈ ਨਾ, ਚੱਲਣਾ ਤਾਂ ਸਾਰਾ ਕੁਛ ਉੱਦਾਂ ਹੀ, ਖਰਚੇ ਵੀ ਉੱਨੇ ਹੀ ਸੀ। ਬਸ ਇਸੇ ਚੱਕਰ 'ਚ ਮੰਮੀ ਇੰਨੀ ਟੈਨਸ਼ਨ ਲੈਂਦੇ ਹੁੰਦੇ ਸੀ, ਮੰਮੀ ਨੂੰ ਇੱਕ ਜਿੱਦਾਂ ਸ਼ੂਗਰ ਸੀਗੀ ਅਤੇ ਉਹਨਾਂ ਦੀ ਸ਼ੂਗਰ ਇੰਨੀ ਕੁ ਜ਼ਿਆਦਾ ਵਧਣ ਲੱਗ ਗਈ, ਉਹਨਾਂ ਨੂੰ ਬਿਮਾਰੀ ਨੇ ਇੰਨਾ ਕੁ ਘੇਰ ਲਿਆ ਕਿ 5 ਸਾਲ ਬਾਅਦ ਹੀ ਮੇਰੇ ਮੰਮੀ ਦੀ ਵੀ ਮਤਲਬ ਡੈਥ ਹੋ ਗਈ, ਸ਼ੂਗਰ ਕਰਕੇ ਹੋਈ ਉਹਨਾਂ ਦੀ ਕਰਕੇ। ਹਾਂਜੀ, ਮਤਲਬ ਬਹੁਤ ਹੀ ਬੁਰੀ ਹਾਲਤ ਹੋਈ ਉਹਨਾਂ ਦੀ, ਜਿੱਦਾਂ ਕਿਡਨੀਆਂ ਵਗੈਰਾ ਸਾਰੀਆਂ ਫੇਲ ਹੋ ਗਈਆਂ ਸੀ, ਅਤੇ ਬੜਾ ਹੀ ਮਤਲਬ ਉਹਨਾਂ ਨੇ ਦੁੱਖ ਪਾਇਆ 6 ਕੁ ਮਹੀਨੇ। ਮਤਲਬ ਫਿਰ ਇਲਾਜ ਕਿਵੇਂ ਕਰਾਉਂਦੇ ਸੀਗੇ ਉਹਨਾਂ ਦਾ? ਉਦੋਂ ਵੀ ਬੜਾ ਇਲਾਜ ਕਰਾਇਆ ਸੀ ਮੰਮੀ ਦਾ, ਇਲਾਜ ਲਈ, ਕਿਉਂਕਿ ਫਾਦਰ ਸਾਹਿਬ ਹੈ ਨਾ ਪਹਿਲਾਂ ਹੀ ਚਲੇ ਜਾਂਦੇ ਆ, ਅਤੇ ਫਿਰ ਇਲਾਜ ਲਈ ਪੈਸੇ ਕਿੱਥੋਂ ਆਉਂਦੇ ਨੇ?
बस इदा ही कुछ भैन भरा ने मदद की बाकी थोड़ी बहुत पैली वेच के इलाज कराया। आराम नहीं मिलिया बिलकुल नहीं, मतलब इन्ना क बुरा हाल, इन्नी क ज्यादा उन्होंने तकलीफ हुई ना कि 6 महीने लगातार उन्होंने एक मंजी ते पै के कट्टे, मतलब सह लेना औखा हो जाता हूं उन्होंने दिने रात, मतलब मैं सारी सारी रात अपनी मम्मी नूं घुटदी रहिंदी हुंदी। साहिल भावुक, साहिल भी बहुत छोटे से जो इन्होंने मम्मी पापा चले गए, छोटा ही जो मेरे मम्मी की डैथ हुई उदो भी बहुत छोटा ही, बाद में मेरे मम्मी की डैथ होने बाद छेती मुड़के ये मम्मी डैडी की भी डैथ हो गई, मतलब 7-8 साल का ही जदों होगी डैथ, जो मदर तो किन्ने चिर बाद इन्होंने पेरेंट्स की डैथ हुई 5-6 साल बाद ही मुड़के वो भी पूरे हो जाते। हाँ जी, पता ही नहीं लगा एकदम घर सारा ही उजड़ गया, सानू तो पता ही नहीं लगा बनिया कि साढ़े नाल की एक भी गया, दो भी गया, तीजा भी गया, घर ही सारा उजड़ गया, कोई रह ही नहीं गया मुड़के घर दे विच, ए भी बेचारा इदा ही कदी किते कदी किते। ते चलो मैं ते मैनू मेरी मासी ने लिया हीगा, मैं ते उन्हां को चल गई, उन्हां को रहनी हुन्नी, बाकी भैन भरावां दा औखा हो गया। हाँ जी, जिदा कि वड्डी भैन ही ओदी ते चलो मैरिज कर दित्ती गई ही कि पापा के दाउन तो बाद मम्मी है गए ही, उन्होंने सोचा कि मेरा भी हूँ उन्होंने पता लग गया ही कि मैं भी हूँ थोड़े मतलब टाइम दी हाँ, मैं अपने जिंदा जिंदा चलो एक दा ते कर जा। वो अपने हुंदे ही व्याह कर गए सी, वड्डी भैन दा अपने हुंदे व्याह कर गए सी, ते बाकी छोटे भैन भरा ज्यादा छोटे ही। फिर तुसी ता अपने है ना रिलेटिव्स तो रहिंदे सी, फिर उन्हां दा कौन देख रेख करदा सी? उन्हां दा देख रेख जिद्दां मेरे मासी जी आ ओ इत्थे रहिंदे हुंदे ही, ते मेरा ब्रदर जिहड़ा उन्हां कोल रहिंदा हुंदा ही, जिहड़ी मेरी छोटी भैन सी सारिआं तों छोटी ओह फिर इत्थे तुगलवाल स्कूल होस्टल आ उत्थे पढ़दी हुंदी ही, फिर उत्थे उन्हां दे टीचर सीगे सिमू मैम करके सर प्रिंसीपल सर जिहड़े उन्हां दी बेटी ही ओह, ते ओह फिर उन्हां ने जदों सुनिआ कि इदां इहदी बच्ची दा भी माँ प्यो है नहीं आ, ते उन्हां ने कहा कि चलो कोई नहीं इहनूं मैं अपने कोल रखूंगी, नाले ते इत्थे मेरे कोल पढ़ूगी, मतलब फीसां भी फ्री कर दित्तियां, ते चल लै भी मैं जाऊंगी ते रखूंगी भी अपने कोल ही जिन्ना चिर इन्हें पढ़ना आ। फिर मेरी छोटी भैन जिहड़ी उन्हां कोल 2-3 साल रह के पढ़ी आ। हाँ जी, ब्रदर, ब्रदर इदां ही काम ते चल जांदा हुंदा ही, गड्डियां वगैरह लोकल गड्डियां चलाउणियां, ओहनूं विचारे नूं भी शुगर सीगी, मम्मी तों बाद लैंदा ही जदों काम ते चले जांदा ही, ओह तां जदों हैगा सीगा 14 सालां दा उदों ही गड्डी ते चल गया सी। हाँ जी, गड्डी ते चल गया सी, ते उस तों बाद उहने जिद्दां गड्डी चलाउणी सिख ली ड्राइवरी लाइन च पै गया, पर उहनूं भी शुगर छोटे हुंदे नूं ही जिद्दां मतलब 12-13 साल दा सी जदों तों उहनूं शुगर हो गई सी, ते उहनूं फिर अहीं बड़ा कहिणा कि तेरा इदां सेफ नहीं हैगा गड्डियां ते कि तैनूं शुगर आ, है ना भी अगे मम्मी भी इसे चक्कर च इदां हो गया, ते तूं अपना ध्यान रख्या कर, तूं कोई इहो जिहा कम्म लभ जिथे तेरा मतलब तेरी सेहत भी सही रहे, पर कम इहो जिहा किहड़ा लभदा आ, इहो जिहा कोई कम ही नहीं उहनूं लभिया विचारे नूं, हार के फिर वह बाहर का उन्हें बना लिया अपना, मेरे ब्याह तो बाद वो बाहर गया आ, पर उत्थे जाके वह बीमार हो गया, 4 साल लाए उन्हें बाहर ग्रीस च जाके गया भी वह मतलब इदा बड़ा औखा सी, 2 नंबर च गया ही बड़ा ही औखा गया, चलो उत्थे तां उत्थे जाके भी उन्हें कम कुम ओह जिहा ही मिलिया, बाकी उत्थे भी हस्पतालां दे चक्कर कट के आ गया, जदों इत्थे आया साढ़े कोल तां उहदी हालत बड़ी खराब सी, फिर अहीं उन्हूं इत्थों बड़ा इन्हां सारिआं ने मेरी फैमिली ने कहा कि उन्हूं इत्थे बुला लो कि उत्थे उहदी इन्नी हालत खराब आ, एक ते उत्थे दी लैंग्वेज उन्हूं समझ नहीं आउंदी हुंदी, डॉक्टर दे कोल जदों जाणा ते 100 तरले कढ़ने, कदी किसी दे कि ट्रांसलेटर मिल जाए मैनूं कोई जिहड़ा मेरी अगे डॉक्टर नूं गल समझा सके ते मैनूं भी पता लग सके कि मैनूं की मेरे नाल की बण डिआ, है ना, पर उहदी बीमारी भी इन्नी सीरीयस सी ना कि उहदी बीमारी नूं कंट्रोल ही नहीं कीता गया किसी कोलों वी, मतलब शुगर होने करके जिदा अंदर सारा ही जिदा इंटरनल जेड़े अपने ऑर्गेनस आ, हाँ जी बॉडी पार्ट सारे ही डेड हो चुके, जिदा किडनियाँ हो गई, हार्ट हो गया, मतलब इदा फेफड़े वगैरह सारा ही सारा कुछ अंदरों बेचारे का बर्बाद हो गया, बहुत बुरी हालत हुई। फिर उन्होंने जो इतने अं सारे ने जोर पाया कि आ जा कोई नहीं इतने तेरा इलाज करा लें, खास करके मेरे सहुरा परिवार ने बड़ी सपोर्ट कीती कि उन्हें इतने बुला लो तुम अपने ब्रदर नूं, साढ़े नाल ही काम करूगा उत्थे, कि बड़ा औखा आ काम करना, एक
ਕਹਿੰਦੇ ਹੁੰਦੇ ਆ ਜਿਹਨੂੰ ਰੋਗੀ ਬੰਦਾ ਹੋਏ ਉਹਦੇ ਕੋਲ ਕੰਮ ਕਰਨਾ ਕਿੰਨਾ ਔਖਾ ਹੋ ਜਾਂਦਾ। ਆਪਾਂ ਨੂੰ ਇੱਕ ਦੋ ਦਿਨ ਬੁਖਾਰ ਚੜ੍ਹੇ ਤੇ ਅਸੀਂ ਉੱਠਦੇ ਨਹੀਂ ਮੰਜੇ ਤੋਂ ਕਿ ਬਈ ਸਾਡੇ ਕੋਲ ਕੰਮ ਨਹੀਂ ਕੀਤਾ ਜਾਂਦਾ। ਇਹਨਾਂ ਨੇ ਕਿਹਾ ਕਿ ਕੋਈ ਨਹੀਂ ਤੁਸੀਂ ਆਪਣੇ ਬ੍ਰਦਰ ਨੂੰ ਇੱਥੇ ਬੁਲਾ ਲਓ ਕਿ ਸਾਡੇ ਨਾਲ ਵੀਡੀਓ 'ਚ ਕੰਮ ਕਰੀ ਜਾਏ ਅਤੇ ਇੱਥੇ ਉਹਦਾ ਘਰ ਬਾਹਰ ਆ ਉਹਦਾ ਪੈਲੀ ਬੰਨਾ ਆ ਹੈ ਨਾ ਅਤੇ ਚਲੋ ਇੱਥੇ ਆਣ ਕੇ ਅਤੇ ਆਪਣਾ ਕੰਮ ਕਰ ਲਏ ਫਿਰ। ਪਰ ਉਹਨੂੰ ਅਸੀਂ ਬੁਲਾ ਤਾਂ ਲਿਆ ਪਰ ਉਹ ਵਿਚਾਰਾ ਜਦੋਂ ਇੱਥੇ ਆਇਆ ਉਹਦੀ ਹਾਲਤ ਬੜੀ ਖਰਾਬ ਸੀ। ਮਤਲਬ ਇੱਥੇ ਵੀ ਉਹਦਾ ਹਸਪਤਾਲਾਂ 'ਚ ਟਾਈਮ ਲੰਘ ਗਿਆ। ਇੰਨਾ ਉਹਦਾ ਅਸੀਂ ਇਲਾਜ ਕਰਾਇਆ ਸਾਰੇ ਪੈਸੇ ਜਿੰਨੇ ਵੀ ਆ ਮੇਰੇ ਸਹੁਰਾ ਪਰਿਵਾਰ ਨੇ ਲਾਏ ਆ ਬਾਕੀ ਭੈਣ ਭਰਾਵਾਂ ਨੇ ਵੀ ਜਿੰਨੀ ਜਿੰਨੀ ਹੈਲਪ ਕਰ ਸਕੇ ਆ ਸਾਰਿਆਂ ਨੇ ਕੀਤੀ ਆ ਪਰ ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਉਹਨੂੰ ਅਸੀਂ ਬਚਾ ਨਹੀਂ ਸਕੇ। ਇਲਾਜ ਉਹਦਾ ਬਹੁਤ ਕਰਾਇਆ ਕੋਈ ਹੋਸਪਿਟਲ ਨਹੀਂ ਛੱਡਿਆ ਪੰਜਾਬ ਦਾ ਜਿੱਥੇ ਵੀ 10 ਪਈ ਆ ਉੱਥੇ ਹੀ ਲੈ ਕੇ ਜਾਂਦੇ ਹੁੰਦੇ ਸੀ। ਇੱਥੋਂ ਤੱਕ ਕਿ ਲੈ ਕੇ ਵੀ ਇਹਨਾਂ ਨੇ ਜਾਣਾ ਰਾਤ ਚਾਹੇ ਦਿਨ ਹੋਏ ਇਹਨਾਂ ਨੇ ਕਦੀ ਮਨਾ ਨਹੀਂ ਕੀਤਾ ਕਿ ਸਾਡੇ ਕੋਲ ਨਹੀਂ ਇੰਨੀ ਵਾਰੀ ਜਾਇਆ ਜਾਂਦਾ ਜਾਂ ਅਸੀਂ ਕਿੰਨੀ ਵਾਰੀ ਲੈ ਕੇ ਜਾਈਏ। ਉਸੇ ਵੇਲੇ ਗੱਡੀ ਕੱਢਣੀ ਆ ਜਿਹੜਾ ਵੀ ਘਰ ਜੀ ਆ ਡੈਡੀ ਜੀ ਆ ਕਵਲ ਆ ਵਿੱਕੀ ਆ ਹੈ ਨਾ ਇਹਨਾਂ ਨੇ ਫਟਾਫਟ ਜਦੋਂ ਵੀ ਉਹਨੂੰ ਲੈ ਕੇ ਜਾਣਾ ਆ ਮਿੰਟੋ ਮਿੰਟੀ ਗੱਡੀ 'ਚ ਪਾ ਕੇ ਵਿਚਾਰੇ ਨੂੰ ਲੈ ਜਾਣਾ ਆ। ਉੱਥੇ 10-15 ਦਿਨ ਡੀ ਐਮ ਸੀ ਰੱਖਦੇ ਹੁੰਦੇ ਸੀ ਫਿਰ ਉਹਨਾਂ ਨੇ ਘਰ ਭੇਜ ਦੇਣਾ ਫਿਰ ਲੈ ਜਾਣਾ ਭੇਜ ਦੇਣਾ ਲੈ ਜਾਣਾ ਬਸ ਆਹੀਓ ਕੰਮ ਚੱਲਦਾ ਰਿਹਾ। ਉਹਨਾਂ ਦੀ ਵੀ ਤੁਸੀਂ ਦੱਸਦੇ ਸੀਗੇ ਜੀਣ ਦੀ ਇੱਛਾ ਸੀਗੀ ਉਹ ਆਪਣੇ ਆਪ ਨੂੰ ਕੋਸ਼ਿਸ਼ ਬੜੀ ਕੀਤੀ ਕਿ ਮੇਰੀ ਜ਼ਿੰਦਗੀ ਵੱਜ ਜਾਵੇ। ਉਹਨੇ ਕੋਸ਼ਿਸ਼ ਬੜੀ ਕੀਤੀ ਉਹ ਹਿੰਮਤ ਨਹੀਂ ਸੀ ਹਾਰਦਾ ਹੁੰਦਾ ਉਹਨੇ ਆਪਣਾ ਦਿਲ ਬੜਾ ਰੱਖਿਆ ਸੀ ਕਿ ਮੈਂ ਜੀਊਂਗਾ ਮੈਂ ਠੀਕ ਹੋਊਂਗਾ ਪਰ ਕੀਤਾ ਕੁਦਰਤ ਨੂੰ ਕੀ ਮਨਜ਼ੂਰ ਸੀ ਲਾਸਟ ਦੀ ਬਾਕੀ ਜਦੋਂ ਉਹਦੀ ਡੈਥ ਹੋਈ ਆ ਨਾ ਡੈਥ ਹੋਣ ਤੋਂ 4 ਦਿਨ ਪਹਿਲਾਂ ਉਹ ਇੱਕਦਮ ਠੀਕ ਹੋ ਗਿਆ। ਹਾਂ ਅਸੀਂ ਸਾਰੀਆਂ ਭੈਣ ਭਰਾ ਸਾਰੇ ਰਿਸ਼ਤੇਦਾਰ ਬੜੇ ਖੁਸ਼ ਕਿ ਇਹਨੂੰ ਫਰਕ ਪੈ ਗਿਆ ਆ ਕਿ ਜਿੱਥੇ ਉਹਦੀਆਂ ਲੱਤਾਂ ਹੈ ਨਾ ਸਰੀਰ ਇੰਨਾ ਭਾਰਾ ਸੀ ਨਾ ਪਾਣੀ ਨਾ ਭਰਿਆ ਸੀ ਇੱਕਦਮ ਹੌਲਾ ਜਿਹਾ ਹੋ ਗਿਆ ਅਤੇ ਅਸੀਂ ਕਿਹਾ ਕਿ ਚਲੋ ਇਹਨੂੰ ਹੁਣ ਫਰਕ ਪੈ ਗਿਆ ਪਰ ਪਤਾ ਨਹੀਂ ਲਾਸਟ ਵੀ ਬਾਕੀ ਉਹਨੂੰ ਅਟੈਕ ਹੀ ਆਇਆ ਆ ਹਾਰਟ ਅਟੈਕ ਹੀ ਆਇਆ ਉਹਨੂੰ ਅਤੇ ਜਦੋਂ ਵਿਚਾਰੇ ਨੂੰ ਅਟੈਕ ਆਇਆ ਉੱਦਣ ਅਸੀਂ ਉਹਦੇ ਕੋਲ ਵੀ ਨਹੀਂ ਸੀ ਹੈਗਾ ਕੋਈ ਸਾਡੇ 'ਚੋਂ ਬਸ ਇਕੱਲਾ ਸਾਹਿਲ ਉਹਦੇ ਕੋਲ ਸੀ ਅਤੇ ਮੇਰੀ ਉਹ ਮਾਸੀ ਜੀ ਦੇ ਬੇਟੇ ਪਰਿਵਾਰ ਅਸੀਂ ਤਿੰਨੇ ਭੈਣਾਂ ਨਹੀਂ ਉੱਦਣ ਉਹਦੇ ਕੋਲ ਮਤਲਬ ਉਹਨੂੰ ਮਿਲ ਵੀ ਨਹੀਂ ਸਕੀਆਂ। ਸਾਨੂੰ ਵੀ ਇੱਦਾਂ ਹੀ ਅਸੀਂ ਕਿਤੇ ਗਏ ਸੀ ਕੰਮ ਧੰਦੇ ਅਤੇ ਨਹੀਂ ਜਾਇਆ ਗਿਆ ਉਹਦੇ ਕੋਲ ਸਾਡੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਪੂਰਾ ਹੋ ਗਿਆ ਹੈ। ਸਾਹਿਲ ਬੜਾ ਹੀ ਉਹਨੂੰ ਸਾਂਭਿਆ ਇਹਨੇ ਮਤਲਬ ਕਿ ਇੱਕ ਤੇ ਉਹ ਹੈ ਸੀਗੀ ਜਿੱਦਾਂ ਵੀ ਜਨਾਨੀ ਜਨਾਨੀ ਨੂੰ ਸਾਂਭ ਸਕਦੀ ਆ ਤੇ ਬੰਦੇ ਬੰਦੇ ਨੂੰ ਉਹਦੇ ਜ਼ਖਮ ਹੋ ਗਏ ਸੀ ਜਿੱਦਾਂ ਨਲਾਂ 'ਚ ਜ਼ਖਮ ਹੋਣ ਕਰਕੇ ਉਹਦੇ ਕੋਲ ਉੱਠਣਾ ਬੈਠਣਾ ਇੱਥੋਂ ਤੱਕ ਕਿ ਪਾਸਾ ਵੀ ਨਹੀਂ ਲਿਆ ਜਾਂਦਾ ਹੁੰਦਾ ਅਤੇ ਸਾਰਾ ਮੁੜ ਕੇ ਫਿਰ ਸਾਹਿਲ ਹੀ ਉਹਨੂੰ ਚੁੱਕ ਕੇ ਇੱਧਰ ਉੱਧਰ ਕਰਦਾ ਰਿਹਾ ਖੜਦਾ ਰਿਹਾ ਜਦੋਂ ਕਿਤੇ ਇਹਨਾਂ ਨੇ ਕਵਲ ਹੋਣਾ ਨੇ ਜਾਣਾ ਹੈ ਨਾ ਜਾਂ ਇੱਥੇ ਉਹਨੇ ਸਾਡੇ ਕੋਲ ਰਹਿਣ ਆਉਣਾ ਉਦੋਂ ਇਹਨਾਂ ਨੇ ਵੀ ਚਲੋ ਹੈਲਪ ਕਰਨੀ ਪਰ ਇਹ ਲਗਾਤਾਰ ਫਿਰ ਉਹਦੇ ਕੋਲ ਰਿਹਾ ਕਿ ਹਰ ਵੇਲੇ ਉਹਦੇ ਕੋਲ ਰਹਿਣਾ ਸੀ ਲਾਜ਼ਮੀ ਸੀ ਵੀ 2-3 ਜਾਣਿਆਂ ਦਾ ਕਿਸੇ ਨੇ ਉਹਦੀ ਰੋਟੀ ਬਣਾਉਣੀ ਮੇਰੀ ਛੋਟੀ ਭੈਣ ਵੀ ਪੱਕੀ ਆ ਕੇ ਰਹਿਣ ਲੱਗ ਗਈ ਉਹਦੇ ਕੋਲ ਕਿ ਚਲੋ ਅਸੀਂ ਇੱਧਰ ਵੀਡੀਓ ਵੀ ਬਣਾਉਂਦੇ ਹੁੰਦੇ ਸੀ ਕਿ ਇੱਧਰੋਂ ਵੀ ਟਾਈਮ ਕੱਢਣਾ ਪੈਂਦਾ ਹੁੰਦਾ ਸੀ ਸਾਨੂੰ ਅਤੇ ਉਹਦੇ ਵਾਸਤੇ ਵੀ ਟਾਈਮ ਕੱਢਣਾ ਪੈਂਦਾ ਹੁੰਦਾ ਸੀ ਕਿ ਉਹਦੇ ਵੱਲ ਵੀ ਧਿਆਨ ਦੇਣਾ ਆ ਮਤਲਬ ਬੜਾ ਔਖਾ ਟਾਈਮ ਕੱਢਿਆ ਕਿ ਜੇ ਅਸੀਂ ਵੀਡੀਓ ਨਹੀਂ ਬਣਾਉਂਦੇ ਚਲੋ ਆਮਦਨ ਨਹੀਂ ਸੀ ਆਉਂਦੀ ਜੇ ਆਮਦਨ ਆਉਂਦੀ ਤਾਂ ਫਿਰ ਹੀ ਅਸੀਂ ਉਹਦਾ ਇਲਾਜ ਕਰਾਉਂਦੇ ਅਤੇ ਜੇ ਅਸੀਂ ਇਹ ਕੰਮ ਛੱਡ ਦਿੰਦੇ ਤਾਂ ਫਿਰ ਉਹਦੇ 'ਤੇ ਪੈਸਾ ਵੀ ਕਿੱਦਾਂ ਲਾਉਂਦੇ ਅਤੇ ਸਾਨੂੰ ਇਹ ਕੰਮ ਵੀ ਨਾਲ ਦੀ ਨਾਲ ਕਰਨਾ ਹੀ ਪਿਆ ਕਿ ਅਸੀਂ ਆਪਣਾ ਇੱਧਰ ਵੀ ਕੰਮ ਪੂਰਾ ਰੱਖਿਆ ਤੋਰੀ ਅਤੇ ਉਹਨੂੰ ਵਿਚਾਰੇ ਨੂੰ ਵੀ ਆਪਾਂ ਜੋ ਸਾਡੇ ਕੋਲ ਹੋਇਆ ਸਰਿਆ ਬਣਿਆ ਸਾਰਾ ਹੀ ਸਾਰੇ ਪਰਿਵਾਰ ਨੇ ਬੜੀ ਹੈਲਪ ਕੀਤੀ ਬੜੀ ਸਪੋਰਟ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਨੂੰ ਬਚਾ ਸਕੀਏ ਪਰ ਨਹੀਂ ਰੱਬ ਨੂੰ ਸ਼ਾਇਦ ਮਨਜ਼ੂਰੀ ਨਹੀਂ ਸੀ। ਚਲੋ ਇੱਕੋ ਇੱਕ ਹੈਗਾ ਸੀ ਅਸੀਂ ਤਾਂ ਚਾਹੁੰਦੇ ਸੀ ਕਿ ਚਲੋ ਸਾਡਾ ਘਰ ਦਾ ਬੂਟਾ ਲੱਗਾ ਰਹਿੰਦਾ ਅਤੇ ਅਸੀਂ ਵੀ ਸਾਡੇ ਵੀ ਪੇਕੇ ਬਣੇ ਰਹਿੰਦੇ। ਮੇਰੀ ਤਾਂ ਘਾਟ ਪੂਰੀ ਹੋ ਜਾਂਦੀ ਆ ਕਿਉਂਕਿ ਮੈਂ ਚੱਲ ਜਾਂਦੀ ਹਾਂ ਛਾਪਿਆਂ ਵਾਲੀ ਕਿ ਮੇਰੇ ਪੇਕੇ ਉੱਥੇ ਮੈਂ ਮੇਰੀ ਮਾਸੀ ਦੀ ਨੂੰਹ ਆ ਅਤੇ ਉਹਨਾਂ ਨੂੰ ਮੈਂ ਮੰਮੀ ਪਾਪਾ ਕਹਿੰਦੀ ਹਾਂ। ਉਹ ਮੈਨੂੰ ਬੜਾ ਮਿਲਦੇ ਗਿਲਦੇ ਆ ਬੜਾ ਹੀ ਪਿਆਰ ਕਰਦੇ ਆ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ ਆ ਉਹਨਾਂ ਦੇ ਵੀ 3 ਬੇਟੇ ਆ ਉਹ ਮੈਨੂੰ ਆਪਣੀ ਭੈਣ ਮੰਨਦੇ ਆ। ਬਾਕੀ ਮੇਰੀ ਘਾਟ ਤਾਂ ਪੂਰੀ ਹੋ ਜਾਂਦੀ ਆ ਮੈਂ ਛੁੱਟੀਆਂ 'ਚ ਉੱਥੇ ਜਾਂਦੀ ਹਾਂ ਉਹ ਮੈਨੂੰ ਬੁਲਾਉਂਦੇ ਵੀ ਆ ਉਹ ਵੀ ਇੱਥੇ ਆਉਂਦੇ ਆ ਪਰ ਜਿਹੜੇ ਮੇਰੇ ਭੈਣ ਭਰਾ ਦੂਸਰੇ ਆ ਉਹਨਾਂ ਵਾਸਤੇ ਔਖਾ ਆ। ਸਭ ਤੋਂ ਛੋਟੀ ਜਿਹੜੀ ਭੈਣ ਆ ਉਹਦੇ ਵਾਸਤੇ ਬੜਾ ਔਖਾ ਆ ਉਹਦੇ ਕੋਲ ਜਾਣਾ ਆਉਣਾ ਮਤਲਬ ਮਾਂ ਹੋਏ ਤਾਂ ਛੇਤੀ ਚੱਲ ਜਾਂਦੀ ਆ ਹੈ ਨਾ ਭੈਣ ਭਰਾ ਹੋਣ ਤਾਂ ਛੇਤੀ ਚੱਲ ਜਾਂਦੇ ਆ ਪਰ ਉਹਦੇ ਕੋਲ ਜਾਣਾ ਆਉਣਾ ਔਖਾ ਮਤਲਬ ਉਹਦਾ ਵਿਚਾਰੀ ਦਾ ਜ਼ਿਆਦਾ ਔਖਾ। ਦਿਨਾਂ ਦਿਹਾੜਾ 'ਤੇ ਵੀ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਜਾਣ ਆਉਣ ਦੀ
कि चलो पर तुहानू पता ही है मां प्यो दी ते भरावां दी घाट कोई पूरी नहीं कर सकता। साहिल संदीप दीदी ना प्यार है ना, हमेशा इन्हों को आ जाने हो तुसी। शुरू तो दीदी नाल प्यार है, कहिंदे जदों भी किते ने आना छुट्टियां पैनियां तो दीदी कोले चले जाना। शुरू तो दीदी कोले ही मैं हुण भी जदों किते वेले हुंदे ते दिल करदा वी संदीप दीदी कोले ही चले जांदे आ। मैं पहला होस्टल जी होस्टल जदों छुट्टियां मिलने दीदी को आ जांदा। शुरू तो मैं रहा ही दीदी नाल ही ते ज्यादा प्यार ही दीदी नाल ही मेरा, तां करके फिर होर किसे दा पता ही नहीं ते दीदी को आ जांदा चुप चुप ही। ते दीदी तो हुण सारा प्यार मिलदा मम्मी पापा दा, सारियां कमियां दीदी तो पूरियां हो जांदी। हाँ जी हो जांदी है। अच्छा पहलां तुहाडे मदर दी डेथ हुंदी आ? मदर वेखे नहीं मैं शुरू तो निक्के हुंदे ने वेखे नहीं कदे, पता नहीं उन्हां दा मैनूं। किन्ने क सालां दे सीगे जदों मदर दी डेथ हुंदी? नहीं होश नहीं जी। किन्ने सालां दा सी? हाँ जी इन्ना होणा, इहनूं पता ही नहीं है अपनी मम्मा दा, क्योंकि इहनूं अहीं पालिआ मेरे मम्मी नूं इह मम्मी ज्यादा कहिंदा हुंदा सी। हाँ जी ते इहदी मम्मा तां पहलां इदां हो गई ते बाद च इहदे पापा इदां हो गए। ये बहुत छोटा सी, इन्हूं तो अपने पापा की भी शक्ल थोड़ी बहुत ही याद होनी आ। सा जिदा हूँ साड़ी गुरमेहर आ तीन ढाई साल ढाई इन्ना कसीगा जदों इहदे पापा की डैथ हुई आ। पापा नूं देखिया तुसी कदे? उदां एक दो बारी देखिया पर मेरे को फोटो हैगी उन्हां दी, फेस टू फेस एक दो बारी देखिया। हाँ जी वो काफी निक्का हुंदा सी जदों मैं चंडीगढ़ हुंदा उदों देखिया सी एक वारी। ये आश्रम च किदां पहुंचदे ने? जदों साडे मेरे मम्मी डैडी इदां हो गए ते मगर इहदे मम्मी डैडी भी इदां ही हो गए, मतलब कि पता ही नहीं लगा छेती छेती एक साल एक दो तीन सालां दे विच विच जिद्दां घर इदां हो गया। इह उदों ज़्यादा छोटे ही, उदों तां इहनां दी पढ़न दी कोई उम्र नहीं हैगी, पर जदों इदां हौली हौली सारे मतलब वड्डे जिहड़े आ इदां हो गए ते फिर इहनां दी पढ़ाई दा सोचिया कि हुण इह किधकों जाण कित्थे रहण, कोई जिम्मेवारी चुक्कण नूं रिश्तेदार नहीं राजी। ਐਵੇਂ ਆਖੀਏ ਕਿਸੇ ਵੀ ਭੈਣ ਭਰਾ ਨੇ ਇਹ ਨਹੀਂ ਕਿਹਾ ਕਿ ਚਲੋ ਅਸੀਂ ਇਹਨੂੰ ਆਪਣੇ ਕੋਲ ਇਹਨਾਂ ਨੂੰ ਰੱਖਦੇ ਹਾਂ, ਅਤੇ ਰੱਖਿਆ ਜਾਂਦਾ ਵੀ ਨਹੀਂ ਆ। ਜ਼ਿੰਮੇਵਾਰੀ ਚੁੱਕਣੀ ਬਹੁਤ ਔਖੀ ਆ। ਦੋ ਜਿੱਦਾਂ ਇਹਦੀ ਇਹਦੀ ਇੱਕ ਸਿਸਟਰ ਵੀ ਸੀ, ਉਹਦੀ ਮੈਰਿਜ ਕਰਦੀ ਆ ਅਤੇ ਉਹ ਆਪਣੇ ਘਰ ਰਹਿੰਦੀ ਆ, ਅਤੇ ਬਾਕੀ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਚੁੱਕੀ। ਇੱਦਾਂ ਹੀ ਵਿਚਾਰਿਆਂ ਨੂੰ ਮਤਲਬ ਜਿੱਥੇ ਫਰੀ ਵਾਲੇ ਆਸ਼ਰਮ ਹੁੰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਆ, ਉੱਥੇ ਮੇਰਾ ਭਰਾ ਹੀ ਇਹਨੂੰ ਲੈ ਕੇ ਜਾਂਦਾ ਹੁੰਦਾ ਸੀ ਇਹਨਾਂ ਨੂੰ, ਵੀ ਉੱਥੇ ਪੜ੍ਹਨੇ ਪਾ ਆਉਣਾ, ਮਿਲ ਗਿਲ ਕੇ ਆਉਣਾ, ਛੁੱਟੀਆਂ 'ਚ ਲੈਣ ਜਾਣਾ, ਫਿਰ ਇਹਨਾਂ ਨੂੰ ਛੱਡਣ ਜਾਣਾ, ਅਤੇ ਇੱਦਾਂ ਹੀ ਇਹਨਾਂ ਦਾ ਹੁਣ ਤੱਕ ਚੱਲਦਾ ਰਿਹਾ। ਬਾਕੀ ਹੁਣ 2 ਸਾਲ ਹੋ ਗਿਆ ਇਹਨੂੰ ਸਾਡੇ ਕੋਲ ਪੱਕਾ ਹੀ ਰਹਿੰਦਾ ਆ। ਪਰ ਅਸੀਂ ਵੀ ਕਿਹਾ ਕਿ ਚਲੋ ਹੁਣ ਮਹਾਰਾਜ ਨੇ ਬਥੇਰਾ ਦਿੱਤਾ ਆ ਹੈ ਨਾ, ਕਿ ਪਹਿਲਾਂ ਤਾਂ ਹਰ ਕੋਈ ਡਰਦਾ ਖਰਚਾ ਚੁੱਕਣ ਨੂੰ, ਕਿਉਂਕਿ ਆਪਣੇ ਨਹੀਂ ਖਰਚੇ ਚੁੱਕੇ ਜਾਂਦੇ ਅਤੇ ਕਿਸੇ ਦਾ ਕਿਸੇ ਨੇ ਕੀ ਬੋਝ ਚੁੱਕਣਾ ਆ, ਮੰਗਿਆਈ ਇੱਦਾਂ ਦੀ ਆ, ਜ਼ਮਾਨਾ ਇੱਦਾਂ ਦਾ ਆ। ਅਤੇ ਬਾਕੀ ਹੁਣ ਇਹਨਾਂ ਸਾਰਿਆਂ ਨੇ ਫਿਰ ਇਹੀ ਫੈਸਲਾ ਲਿਆ ਕਿ ਕੋਈ ਨਹੀਂ, ਕਿ ਇਹ ਸਾਡੇ ਕੋਲ ਪੱਕਾ ਰਵੇ, ਇੱਥੇ ਕਮਾਈ ਤਾਂ ਸਾਡੇ ਨਾਲ ਲੱਗ ਕੇ ਕਰਨੀ ਸਾਡੇ ਨਾਲ ਲੱਗ ਕੇ ਕਰ ਲਏ, ਜੇ ਇਹਦਾ ਕੋਈ ਹੋਰ ਕੰਮ ਕਰਨ ਦਾ ਮਨ ਆ ਤਾਂ ਇਹ ਪੜ੍ਹ ਲਿਖ ਕੇ ਆਪਣੇ ਜਿਹੜੇ ਮਰਜ਼ੀ ਕੰਮ 'ਤੇ ਜਾ ਸਕਦਾ ਆ, ਬਾਹਰ ਜਾਣਾ ਆ ਤਾਂ ਉਹ ਵੀ ਇਹਦੇ 'ਤੇ ਡਿਪੈਂਡ ਆ, ਕਿ ਇਹ ਆਪਣੀ ਮਤਲਬ ਮਿਹਨਤ ਕਰੇ ਅਤੇ ਇਹਦਾ ਸਾਥ ਅਸੀਂ ਪੂਰਾ ਦੇਵਾਂਗੇ। ਹਾਂਜੀ ਸਾਹਿਲ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਪਲੱਸ ਟੂ 'ਚ ਪੜ੍ਹਦਾ ਜੀ। ਅਤੇ ਸ਼ੋਰਟ ਮੂਵੀਆਂ ਦੇ ਵਿੱਚ ਵੀ ਕੰਮ ਕਰਦੇ ਹੋ ਹੈ ਨਾ ਜੀ? ਕਰੀਦਾ ਜੀ। ਦਿਲ ਕਰਦਾ ਐਕਟਿੰਗ ਕਰਨ ਨੂੰ? ਕਰ ਲਈਦੀ ਜੀ, ਸੀਨ ਸੋਹਣਾ ਹੋਵੇ ਤਾਂ ਕਰ ਲਈਦੀ ਪੂਰੀ ਰੀਜ ਨਾਲ। ਅੱਛਾ ਪਹਿਲੀ ਵਾਰੀ ਨਾ ਨੁੱਕਰ ਕੀਤੀ ਸੀ? ਹਾਂਜੀ ਪਹਿਲੀ ਵਾਰੀ ਨਾ ਨੁੱਕਰ ਕੀਤੀ ਸੀ ਕਿ ਮੈਂ ਨਹੀਂ ਕਰਨਾ ਜੇ ਸੰਗ ਲੱਗੀ ਹੋਵੇ। ਹਾਂਜੀ ਉਦੋਂ ਪਹਿਲਾਂ ਪਹਿਲਾਂ ਡਰ ਲੱਗਦਾ ਕਿ ਪਤਾ ਹੋਣੀ ਵੀ ਹੈ ਕਿ ਨਹੀਂ ਹੋਣੀ, ਫਿਰ ਜਦੋਂ ਹੌਲੀ ਹੌਲੀ ਕਰ ਲੱਗ ਪਏ ਫਿਰ ਆ ਗਈ ਹੌਲੀ ਹੌਲੀ ਐਕਟਿੰਗ ਕਰਨੀ, ਫਿਰ ਕਰਦੇ ਜਾਈਦਾ ਜਦੋਂ ਸੀਨ ਹੋਵੇ ਉਦੋਂ ਪਾ ਲੈਂਦੇ। ਉਦੋਂ ਤਾਂ ਪਹਿਲਾਂ ਡਰ ਬੜਾ ਲੱਗਦਾ ਕਿ ਪਤਾ ਹੋਣੀ ਵੀ ਹੈ ਕਿ ਨਹੀਂ ਹੋਣੀ, ਬੰਦਾ ਚੀਦਾ ਹੀ ਹੈ ਕੈਮਰੇ ਦੇ ਅੱਗੇ ਜਾ ਕੇ। ਚਲੋ ਫਿਰ ਹੌਲੀ ਹੌਲੀ ਇਹਨਾਂ ਨਾਲ ਵੇਖ ਵੇਖ ਕੇ ਸਿੱਖ ਲੱਗ ਪਿਆ ਆਪਾਂ ਵੀ ਕਿ ਡਾਇਲੋਗ ਬੋਲਣਾ ਵਾ, ਇੱਦਾਂ ਹੋ ਲੱਗ ਪਿਆ ਜੀ। ਹੁਣ ਸੌਖੀ ਲੱਗਦੀ? ਹਾਂਜੀ ਹੁਣ ਸੌਖੀ ਲੱਗਦੀ ਜੀ। ਅੱਛਾ ਸੰਦੀਪ, ਬੜੀ ਛੋਟੀ ਉਮਰ ਦੇ ਵਿੱਚ ਇੰਨੇ ਸਾਰੇ ਦੁੱਖ ਦੇਖੇ ਆ, ਅਤੇ ਅੱਗੋਂ ਫਿਰ ਜਦੋਂ ਵਿਆਹ ਹੁੰਦਾ ਤਾਂ ਇੰਨਾ ਸੋਹਣਾ ਪਰਿਵਾਰ ਮਿਲਦਾ, ਫਿਰ ਉਹ ਚਲੋ ਮਾਂ ਪਿਓ ਦੀ ਕਮੀ ਤਾਂ ਕਦੀ ਪੂਰੀ ਨਹੀਂ ਹੋ ਸਕਦੀ, ਉਹ ਘਾਟ ਇੱਦਾਂ ਦੀ ਹੁੰਦੀ ਹੈ ਉਹਦੀ ਕਦੀ ਪੂਰੀ ਪੂਰਤੀ ਨਹੀਂ ਹੋ ਸਕਦੀ। ਅਤੇ ਅੱਜ ਸੰਦੀਪ ਜਿੰਨੇ ਇੰਨੇ ਦੁੱਖ ਦੇਖੇ, ਖੁਸ਼ ਹੋ ਇਸ ਪਰਿਵਾਰ ਦੇ ਵਿੱਚ? ਹਾਂਜੀ ਜੀ ਬਿਲਕੁਲ, ਕਮੀ ਮਹਿਸੂਸ ਹੁੰਦੀ ਆ ਮਾਂ ਪਿਓ ਦੀ, ਪਰ ਜਿੱਥੇ ਇੰਨੀਆਂ ਖੁਸ਼ੀਆਂ ਅਤੇ ਇੰਨਾ ਪਿਆਰ ਮਿਲੇ ਨਾ ਉੱਥੇ ਹੁੰਦੀ ਵੀ ਨਹੀਂ ਆ, ਕਿਉਂਕਿ ਹਾਂਜੀ ਭੁੱਲ ਵੀ ਜਾਂਦਾ ਆ ਉਦੋਂ, ਹੁਣ ਉਦੋਂ ਯਾਦ ਆਉਂਦੇ ਆ ਜਦੋਂ ਵੇਲੇ ਹੁੰਦੇ ਆ।
ਉਹਨਾਂ ਦਾ ਕੋਈ ਹਾਂਜੀ ਵੇਲਾ ਹੁੰਦਾ ਕਿ ਆਹ ਕੰਮ ਮਾਂ ਦਾ ਜਾਂ ਪਿਓ ਦਾ ਹੁੰਦਾ ਆ ਹਨਾ, ਤੇ ਬਾਕੀ ਪਰਿਵਾਰ ਨੇ ਇੰਨਾ ਪਿਆਰ ਦਿੱਤਾ ਕਿ ਕਦੀ ਯਾਦ ਨਹੀਂ ਆਉਣ ਦਿੱਤੀ ਕਿ ਮੇਰੀ ਮਾਂ ਹੁੰਦੀ ਤਾਂ ਮੇਰਾ ਇੱਦਾਂ ਕਰਦੀ ਜਾਂ ਮੇਰੇ ਵਾਸਤੇ ਕੁਛ ਇੱਦਾਂ ਦੀ ਚੀਜ਼ ਲੈ ਕੇ ਆਉਂਦੀ। ਹਰ ਇੱਕ ਚੀਜ਼ ਮਿਲਦੀ ਆ, ਪਿਆਰ ਵੀ ਮਿਲਦਾ ਆ, ਕੋਈ ਰੋਕ ਟੋਕ ਨਹੀਂ ਆ ਜਾਣ ਆਉਣ ਦੀ, ਮਤਲਬ ਪੂਰਾ ਪਿਆਰ ਮਿਲਦਾ ਆ। ਬਸ ਇਹ ਆ ਕਿ ਚਲੋ ਜਿਹੜੇ ਇਹ ਸੀ ਵੇਖ ਕੇ ਰੀਝ ਆਉਂਦੀ ਆ ਕਿ ਫਲਾਨੇ ਦਾ ਮਾਂ ਪਿਓ ਹੈਗਾ ਆ ਸਾਡਾ ਵੀ ਹੁੰਦਾ, ਆਹ ਚੀਜ਼ ਦੀ ਆ ਕਮੀ ਬਸ ਕਿ ਇਹ ਵੇਖ ਕੇ ਰੀਝ ਆਉਂਦੀ ਆ ਕਿ ਕਾਸ਼ ਉਹ ਵੀ ਅੱਜ ਜੀਂਦੇ ਹੁੰਦੇ ਤੇ ਸਾਡੀ ਇੰਨੀ ਤਰੱਕੀ ਵੇਖ ਕੇ ਤੇ ਉਹਨਾਂ ਨੇ ਖੁਸ਼ ਬੜੇ ਹੋਣਾ ਸੀ। ਇੱਥੋਂ ਤੱਕ ਕਿ ਮੇਰੇ ਮੰਮੀ ਦਾ ਤੇ ਡੈਡੀ ਦਾ ਸੁਭਾਅ ਇੱਦਾਂ ਦਾ ਹੁੰਦਾ ਸੀ ਕਿ ਉਹ ਭਾਵੇਂ ਸਾਡੇ ਨਾਲ ਵੀਡੀਓ 'ਚ ਹੀ ਲੱਗ ਜਾਂਦੇ, ਕਿਉਂਕਿ ਇੱਕ ਤੇ ਮੈਂ ਉਹਨਾਂ ਦੇ ਬਿਲਕੁਲ ਲਾਗੇ ਆ ਗਈ ਹਾਂ। ਜਿਹੜਾ ਮੇਰਾ ਇਹ ਵਾਲਾ ਪਿੰਡ ਆ ਬਿਲਕੁਲ ਮੇਰੇ ਸਹੁਰਿਆਂ ਦੇ ਨਾਲ ਹੀ ਆ, ਜਿੱਥੋਂ 2-3 ਕਿਲੋਮੀਟਰ ਦਾ ਹੀ ਆ ਬਸ, ਤੇ ਉਹਨਾਂ ਨੇ ਛੇਤੀ ਆ ਜਾ ਕਰਨਾ ਸੀ ਇੱਥੇ। ਮਤਲਬ ਉਹਨਾਂ ਦਾ ਇੱਦਾਂ ਦਾ ਖੁੱਲ੍ਹਾ ਸੁਭਾਅ ਹੁੰਦਾ ਸੀ, ਬੜੇ ਵਧੀਆ ਸੁਭਾਅ ਦੇ ਹੁੰਦੇ ਸੀ। ਤੇ ਬਾਕੀ ਚਲੋ ਇਹੀਓ ਕਮੀ ਮਹਿਸੂਸ ਹੁੰਦੀ ਆ ਕਿ ਉਹ ਵੀ ਅੱਜ ਜੀਂਦੇ ਹੁੰਦੇ ਤੇ ਆਪਣੀ ਅੱਖੀਂ ਵੇਂਹਦੇ ਕਿ ਇੰਨਾ ਸੁੱਖ ਲੈਣ ਡਏ ਆ ਹਨਾ, ਤੇ ਵਧੀਆ ਲੱਗਣਾ ਸੀ। ਹਾਂਜੀ, ਜਦੋਂ ਤੁਹਾਡਾ ਵਿਆਹ ਹੁੰਦਾ ਫਿਰ ਉਹਦੇ ਕਾਰਜ ਵਿਹਾਰ ਕੌਣ ਕਰਦਾ ਸਾਰਾ? ਮਾਸੀ ਜੀ ਕਰਦੇ ਨੇ? ਮਾਸੀ ਜੀ ਦੀ ਨੂੰਹ, ਹਾਂਜੀ ਮਾਸੀ ਜੀ ਦੀ ਨੂੰਹ, ਉਹਨਾਂ ਨੇ ਮੇਰਾ ਵਿਆਹ ਕੀਤਾ। ਮਤਲਬ ਮੇਰੀ ਮਾਸੀ ਦੇ ਬੇਟੇ ਹੀ ਆ ਤੇ ਬਾਕੀ ਮੇਰੀ ਮਾਸੀ ਦੀ ਨੂੰਹ ਜਿਹੜੇ, ਮਤਲਬ ਉਹਨਾਂ ਨੇ ਮੈਨੂੰ ਆਪਣੀ ਧੀ ਬਣਾਇਆ ਅੱਗੇ। ਸਾਰੇ ਕਾਰ ਵਿਹਾਰ, ਇੱਕ ਉਹਨਾਂ ਦੇ ਬ੍ਰਦਰ ਆ USA ਰਹਿੰਦੇ ਆ, ਉਹਨਾਂ ਨੇ ਵੀ ਨਾਲ ਪੂਰੇ ਮਾਮਾ ਜੀ ਦਾ ਰੋਲ ਦਿੱਤਾ ਆ ਕਿ ਉਹਨਾਂ ਨੇ ਪੂਰਾ, ਜਿੱਦਾਂ ਨਾਨਕੇ ਨਹੀਂ ਕਰਦੇ ਹੁੰਦੇ ਕਿ ਦਾਜ ਦਿੰਦੇ ਆ, ਸੋਨਾ ਬਣਾ ਕੇ ਪਾਉਂਦੇ ਆ, ਹਰ ਇੱਕ ਚੀਜ਼ ਉਹਨਾਂ ਨੇ, ਹਰ ਇੱਕ ਰੀਝ ਮੇਰੀ ਪੂਰੀ ਕੀਤੀ। ਮਤਲਬ ਵਿਆਹ ਟਾਈਮ ਉਹਨਾਂ ਨੇ ਕੋਈ ਵੀ ਇਹੋ ਜਿਹੀ ਕਮੀ ਨਹੀਂ ਛੱਡੀ ਨਹੀਂ ਹੈਗੀ। ਬਹੁਤ ਵਧੀਆ, ਬੜੇ ਵੱਡੇ ਪੈਲਸ ਦੇ ਵਿੱਚ ਵਿਆਹ ਵੀ ਕੀਤਾ, ਬੜਾ ਗੱਜ ਵੱਜ ਕੇ ਵਿਆਹ ਕੀਤਾ ਉਹਨਾਂ ਨੇ। ਛੋਟੀ ਭੈਣ ਦਾ ਵਿਆਹ ਕੌਣ ਕਰਦਾ? ਛੋਟੀ ਭੈਣ ਦਾ ਵਿਆਹ ਤੇ ਬਸ ਇੱਦਾਂ ਹੀ ਕੀਤਾ ਸੀ ਆਪ ਹੀ, ਜਿੱਦਾਂ ਵੀ ਪੈਸੇ ਥੋੜੇ ਬਹੁਤੇ ਫੜ ਤੇ ਮੇਰੇ ਭਰਾ ਨੇ ਪੈਲੀ ਗਹਿਣੇ ਰੱਖੀ। ਹਾਂਜੀ ਉਦੋਂ ਹੈਗਾ ਸੀ ਤੇ ਉਹ ਪੈਲੀ ਵਗੈਰਾ ਗਹਿਣੇ ਰੱਖੀ, ਬਾਕੀ ਭੈਣ ਭਰਾਵਾਂ ਨੇ ਜਿੰਨਾ ਕੁ ਹੋ ਸਕਿਆ ਜਿਹੜੀ ਚੀਜ਼ ਮਤਲਬ ਦਿੱਤੀ ਇੱਕ ਇੱਕ ਕਰਕੇ, ਬਾਕੀ ਥੋੜਾ ਬਹੁਤਾ ਭੈਣ ਭਰਾਵਾਂ ਦਾ ਨਾਲ ਸਾਥ ਸੀਗਾ। ਹਾਂਜੀ ਸਾਹਿਲ, ਸਟੱਡੀ ਕਰ ਰਹੇ ਹੋ ਹਨਾ, ਆਸ਼ਰਮ ਦੇ ਵਿੱਚ ਵੀ ਰਹਿਣਾ ਪਿਆ, ਕਦੀ ਇੱਦਾਂ ਮਹਿਸੂਸ ਹੋਇਆ ਕਿ ਜੇ ਮੇਰੇ ਮਾਂ ਪਿਓ ਜਿਉਂਦੇ ਹੁੰਦੇ ਹਨਾ ਤਾਂ ਮੈਨੂੰ ਕਦੀ ਲੋੜ ਨਹੀਂ ਸੀ ਪੈਣੀ ਆਸ਼ਰਮ ਦੇ ਵਿੱਚ ਜਾਣ ਦੀ, ਤੇ ਉੱਥੇ ਜਾ ਕੇ ਕਦੀ ਯਾਦ ਆਉਂਦੀ ਹੁੰਦੀ ਸੀਗੀ ਘਰ ਦੀ ਪਰਿਵਾਰ ਦੀ, ਕਿਉਂਕਿ ਘਰ ਦੇ ਵਿੱਚ ਸਾਰਿਆਂ ਦੀਆਂ ਮਜਬੂਰੀਆਂ ਸੀਗੀਆਂ ਹਨਾ। ਜੇਕਰ ਆਪਾਂ ਸਾਰੀਆਂ ਇੱਧਰ ਭੈਣ ਪਹਿਲਾਂ ਹੀ ਬਹੁਤ ਦੁੱਖ ਦੇ ਵਿੱਚ ਸੀਗੀ ਹਨਾ, ਵੀ ਇੰਨਾ ਯੋਗੇ ਨਹੀਂ ਸੀਗੀ ਤੁਹਾਨੂੰ ਵੀ ਸਾਂਭ ਸਕਦੇ, ਤੇ ਉਦੋਂ ਉੱਥੇ ਜਾ ਕੇ ਕਦੀ ਕੁਛ ਫੀਲ ਹੋਇਆ ਮਾਪਿਆਂ ਦੀ ਯਾਦ ਆਉਂਦੀ ਆ? ਉੱਥੇ ਜਾ ਕੇ ਵੀ ਜਦੋਂ ਗਏ ਬਾਹਰ ਰੋਂਦੇ ਰਹੀਦਾ ਸੀ, ਬੂਹਿਆਂ ਲੱਗ ਲੱਗ ਕਦੀ ਕਮਰਿਆਂ 'ਚ ਵੜ ਵੜ ਰੋਂਦੇ ਰਹੀਦਾ ਸੀ ਕਿ ਅੱਜ ਮਾਂ ਪਿਓ ਹੁੰਦੇ, ਅੱਜ ਆਸ਼ਰਮ ਤੋਂ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ, ਬੜਾ ਰੋਈਦਾ ਸੀ ਉੱਥੇ ਵੀ ਜਾ ਕੇ। ਫਿਰ ਚਲੋ ਉੱਥੇ ਹੁਣ ਰਹਿਣਾ ਪੈਣਾ, ਪਤਾ ਨਹੀਂ ਕੋਈ ਸਾਂਭਣ ਵਾਲਾ ਹੈਗਾ, ਪੜ੍ਹਨਾ ਲਿਖਣਾ ਤਾਂ ਹੈਗਾ ਹੀ ਹੁਣ, ਫਿਰ ਉੱਥੇ ਰਹਿ ਕੇ ਪੱਕੇ ਹੋ ਗਏ ਕੋਈ ਗੱਲ ਨਹੀਂ ਜੀ, ਹੁਣ ਹੌਸਲਾ ਵੱਡਾ ਕਰਕੇ ਪੜ੍ਹਨਾ ਹੀ ਪੈਣਾ ਵਾ। ਇਹ ਤਾਂ ਜਿੰਨੇ ਵੀ ਉੱਥੇ ਮੇਰੇ ਨਾਲ ਦੇ ਬਹੁਤ ਬੱਚੇ ਹੈਗੇ ਸੀ ਜਿਨ੍ਹਾਂ ਦਾ ਮਾਂ ਪਿਓ ਨਹੀਂ ਹੈਗਾ ਸੀ, ਹਾਂਜੀ ਬੜੇ ਛੋਟੇ ਛੋਟੇ ਬੱਚੇ ਸੀ, ਉਹਨਾਂ ਨੂੰ ਵੇਖ ਕੇ ਜਿਹੜਾ ਹੌਸਲਾ ਮਿਲ ਜਾਂਦਾ ਵੀ ਵਿਚਾਰੇ ਪੜ੍ਹਨ ਹੀ ਆਏ ਆ ਨਾਲ ਹੀ ਆਏ ਵੀ। ਕਿੰਨੇ ਸਾਲ ਫਿਰ ਆਸ਼ਰਮ 'ਚ ਰਹੇ? ਮੈਂ 10 ਸਾਲ ਰਿਹਾ ਜੀ। ਹਾਂਜੀ ਹੁਣ ਫਿਰ ਜਦੋਂ ਇੱਥੇ ਹੁੰਦੇ ਹੋ ਹਨਾ, ਇਹ ਇੰਨਾ ਚੰਗਾ ਪਰਿਵਾਰ ਆ, ਇੱਥੇ ਤੁਸੀਂ ਰਹਿ ਰਹੇ ਹੋ ਹੁਣ 2 ਸਾਲਾਂ ਤੋਂ, ਫਿਰ ਹੁਣ ਇੱਦਾਂ ਲੱਗਦਾ ਕਿ ਫੈਮਿਲੀ ਕੰਪਲੀਟ ਹੋ ਗਈ ਆ, ਸਾਰਾ ਦੀਦੀ ਵੀ ਹੈਗੀ ਆ ਹਨਾ, ਇਹਨਾਂ ਦੇ ਸਹੁਰਾ ਸੱਸ ਸਹੁਰਾ ਵੀ ਹੈਗੇ, ਉਹ ਵੀ ਬੱਚਿਆਂ ਵਾਂਗ ਰੱਖਦੇ, ਇੱਦਾਂ ਲੱਗਦਾ ਕਮੀ ਕਿਤੇ ਨਾ ਕਿਤੇ ਪੂਰੀ ਹੋ ਰਹੀ ਆ? ਹਾਂਜੀ ਹੁਣ ਤੇ ਸਾਰੇ ਜਣੇ ਹੈਗੇ, ਹੁਣ ਮੰਮੀ ਮਾਸੀ ਨੂੰ ਮੰਮੀ ਜੀ ਕਹਿੰਦਾ ਮੈਂ ਇਹਨਾਂ ਦੇ, ਤੇ ਡੈਡੀ ਜੀ ਨੂੰ ਡੈਡੀ ਜੀ ਕਹੀਦਾ ਵਾ, ਹੁਣ ਤੇ ਸਾਰਾ ਪਰਿਵਾਰ ਹੈਗਾ ਨਾਲ। ਹੁਣ ਚਲੋ ਜਾ ਤੇ ਫਿਰ ਵੀ ਉਹਨਾਂ ਦੀ ਹੁੰਦੀ ਹੁੰਦੀ ਆ, ਪਰ ਉਹਨੇ ਇਹ ਕਮੀ ਪੂਰੀ ਕਰ ਦਿੰਦੇ ਆ, ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਦਿੱਤੀ ਮੈਨੂੰ, ਕੱਪੜਾ ਲੀੜਾ ਹਰ ਇੱਕ ਚੀਜ਼ ਲੈ ਕੇ ਦਿੱਤੀ ਮੈਨੂੰ ਉਹਨਾਂ ਨੇ। ਚਲੋ ਫਿਰ ਖੁਸ਼ੀ ਹੁੰਦੀ ਕਿ ਆਪਾਂ ਪਰਿਵਾਰ 'ਚ ਵਾਪਸ ਆ ਗਏ ਹਾਂ। ਜ਼ਿੰਦਗੀ 'ਚ ਬੜੇ ਦੁੱਖ ਦੇਖੇ ਹਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਹੁਣ ਚਲੋ ਥੋੜ੍ਹਾ ਲਾਈਫ ਦੇ ਵਿੱਚ ਸੁਧਾਰ ਆਇਆ ਹਨਾ, ਦੁੱਖਾਂ ਦੀ ਕਮੀ ਆਪਾਂ ਕਹਿੰਦੇ ਕਿ ਥੋੜ੍ਹੀ ਘੱਟ ਗਈ ਆ ਹਨਾ, ਅੱਗੇ ਫਿਊਚਰ ਵੀ ਦੇਖਣਾ ਆ, ਜੋਬ ਵੀ ਕਰਨੀ ਆ, ਤੇ ਕਦੀ ਇਹ ਸ਼ਿਕਵਾ ਹੋਇਆ ਪਰਮਾਤਮਾ ਦੇ ਨਾਲ ਕਿ ਜੇ ਪੇਰੈਂਟਸ ਹੁੰਦੇ ਤਾਂ ਬਹੁਤ ਆਸਾਨੀ ਨਾਲ ਹੋ ਜਾਂਦਾ, ਰੱਬ ਨਾਲ ਕੋਈ ਸ਼ਿਕਵਾ ਹੈਗਾ ਕਿ ਮੈਂ ਹਲੇ ਮਤਲਬ ਬੋਲਣਾ ਵੀ ਨਹੀਂ ਸਿੱਖਿਆ ਸੀਗਾ ਤੇ ਮਾਂ ਚਲੀ ਜਾਂਦੀ ਹੈ? ਪਹਿਲਾਂ ਹੁੰਦਾ ਹੈ ਜਦੋਂ ਹੋਸਟਲਾਂ 'ਚ ਹੁੰਦੇ ਸੀ, ਤੇ ਹੁਣ ਜਦੋਂ ਉਹਦਾ ਦੀਦੀ ਕੋਲ ਆਇਆ ਵਾ, ਕਿਸੇ ਚੀਜ਼ ਦੀ ਕਮੀ ਨਹੀਂ ਆਈ, ਹੁਣ ਤਾਂ ਸ਼ੁਕਰ ਕਰੀਦਾ ਪਰਮਾਤਮਾ ਕਿ ਚੰਗੇ ਕੰਮੇ ਲਾਈ ਅੱਗੇ, ਤੇ ਚਲੋ ਮਾੜੇ ਕੰਮਾਂ 'ਚ ਕਦੀ ਪਏ ਨਹੀਂ ਹੈ ਨਾ ਕਦੀ ਪੈਣਾ ਸੀ, ਹੁਣ ਤਾਂ ਉਹਦਾ ਸ਼ੁਕਰ ਕਰੀਦਾ ਜਿਹਨਾਂ ਦਿੱਤਾ ਬਹੁਤ ਵਾ, ਹੁਣ ਤਾਂ ਚਲੋ ਦੀਦੀ ਵੀ ਨਾਲ ਪੂਰਾ ਸਾਥ ਦਿੰਦੀ ਆ,
ਹੁਣ ਗਾਣ ਪਲੱਸ ਟੂ ਬਾਅਦ ਸੋਚਾਂਗੇ ਕਰਨਾ ਜੋਬ ਕਰਨੀ ਕੀ ਕਰਨਾ ਪੜ੍ਹਨਾ ਵਾ ਬਾਕੀ ਦੀਦੀ ਹੋਣੀ ਨਾਲ ਵਾ ਕਿਸੇ ਗੱਲ ਦੀ ਚਿੰਤਾ ਨਹੀਂ ਹੋਣੀ ਸੰਦੀਪ ਤੁਹਾਨੂੰ ਕਦੇ ਸ਼ਿਕਵਾ ਹੋਇਆ ਪਰਮਾਤਮਾ ਦੇ ਨਾਲ ਕਿ ਛੋਟੀ ਉਮਰੇ ਜੇ ਨਾ ਮਾਂ ਬਾਪ ਜਾਂਦੇ ਤਾਂ ਅੱਜ ਸ਼ਾਇਦ ਭਰਾ ਵੀ ਜਿੰਦਾ ਹੁੰਦਾ ਤੁਹਾਡਾ ਬਿਲਕੁਲ ਪਰਮਾਤਮਾ ਦੇ ਅੱਗੇ ਬੜਾ ਰੋਏ ਆ ਬੜਾ ਖਪੇ ਆ ਅਰਦਾਸਾਂ ਕੀਤੀਆਂ ਸੀ ਕਿ ਚੱਲ ਜੇ ਮਾਂ ਪਿਓ ਨਹੀਂ ਤਾਂ ਸਾਡਾ ਭਰਾ ਹੀ ਰਹਿ ਜਾਂਦਾ ਪਰ ਇਹੋ ਹੀ ਸ਼ਿਕਵਾ ਰਹਿ ਗਿਆ ਕਿ ਤੁਸੀਂ ਤਾਂ ਸਾਡੀ ਜਾੜੀ ਖਤਮ ਕਰ ਦਿੱਤੀ ਸਾਰੀ ਮੇਰਾ ਤਾਂ ਹਲੇ ਘੱਟ ਆ ਜਿਹੜੀ ਮੇਰੀ ਵੱਡੀ ਸਿਸਟਰ ਆ ਨਾ ਉਹ ਇੰਨਾ ਕੁ ਰੱਬ ਨੂੰ ਧਿਆਉਂਦੀ ਆ ਇੰਨਾ ਕੁ ਪਾਠ ਪੂਜਾ ਕਰਦੀ ਆ ਕਿ ਉਹਨੂੰ ਕੰਠ ਆ ਸਾਰੀਆਂ ਬਾਣੀਆਂ ਉਹਨੂੰ ਜਿੱਥੋਂ ਮਰਜ਼ੀ ਵੀ ਕੋਈ ਦੁੱਖ ਪੁੱਛ ਲਓ ਉਹ ਉਹਦਾ ਤੋੜ ਕੱਢ ਕੇ ਜਵਾਬ ਦਿੰਦੀ ਆ ਤੇ ਉਹਨੂੰ ਯਕੀਨ ਬੜਾ ਸੀ ਰੱਬ 'ਤੇ ਉਹਨੇ ਮੈਨੂੰ ਇਹੋ ਕਹਿਣਾ ਕਿ ਤੈਨੂੰ ਮੇਰੇ 'ਤੇ ਯਕੀਨ ਆ ਅਤੇ ਮੈਨੂੰ ਰੱਬ 'ਤੇ ਯਕੀਨ ਆ ਕਿ ਸਾਡੇ ਭਰਾ ਨੂੰ ਨਹੀਂ ਕੁਛ ਵੀ ਹੋਣਾ ਚਲੋ ਮਾਂ ਪਿਓ ਤੇ ਗਿਆ ਉਦੋਂ ਸਾਨੂੰ ਸਮਝ ਨਹੀਂ ਇੰਨੀ ਅਸੀਂ ਇੰਨੀ ਕੇਅਰ ਨਹੀਂ ਕਰ ਸਕੇ ਉਹਨਾਂ ਦੀ ਇੰਨੀ ਸ਼ੂਗਰ ਕੀ ਚੀਜ਼ ਆ ਇਹਦੇ ਨਾਲ ਕੀ ਇਫੈਕਟ ਪੈਂਦੇ ਆ ਸਰੀਰ 'ਤੇ ਅਤੇ ਇਹਦੇ ਬਾਰੇ ਤਾਂ ਚਲੋ ਸਾਨੂੰ ਸਾਰਾ ਪਤਾ ਸੀ ਅਸੀਂ ਇਹਨੂੰ ਬੜੀ ਕੋਸ਼ਿਸ਼ ਕੀਤੀ ਪਰ ਰੱਬ ਅੱਗੇ ਸਾਰੀ ਜ਼ਿੰਦਗੀ ਇਹੋ ਹੀ ਰਹਿਣਾ ਆ ਰੋਸ ਕਿ ਸਾਡਾ ਕੋਈ ਤਾਂ ਹੁੰਦਾ ਪਿੱਛੇ ਮਾਪਿਆਂ 'ਚ ਸਾਡਾ ਦਾਦੀ ਦਾਦਾ ਨਾਨੀ ਨਾਨਾ ਕੋਈ ਚਾਚਾ ਤਾਇਆ ਕੋਈ ਮਾਮਾ ਕੋਈ ਮਾਮੀ ਬਸ ਇਹ 8 ਮਾਸੀਆਂ ਹੀ ਆ ਮਤਲਬ 7 ਮਾਸੀਆਂ ਹੀ ਆ 8ਵੀਂ ਸਾਡੀ ਮੰਮੀ ਸੀ ਅਤੇ ਲਾਸਟ ਦੀ ਬਾਕੀ ਜਿੱਦਾਂ ਹੁਣ ਅਸੀਂ ਫਿਰ 3 ਭੈਣਾਂ ਹੀ ਰਹਿ ਗਈਆਂ ਅਤੇ ਜਾਂ ਸਾਹਿਲ ਆ ਮਤਲਬ ਸਾਡੀ ਸਾਡਾ ਭਰਾ ਵੀ ਜਿਹੜਾ ਗਿਆ ਅਤੇ ਰੱਬ ਅੱਗੇ ਤਾਂ ਸਾਰੀ ਜ਼ਿੰਦਗੀ ਇਹੋ ਹੀ ਰੋਸ ਰਹਿਣਾ ਮਤਲਬ ਹੁਣ ਤਾਂ ਪਾਠ ਕਰਨ ਨੂੰ ਜੀਵ ਨਹੀਂ ਕਰਦਾ ਇਹੋ ਆਖੀਦਾ ਕਿ ਜੇ ਰੱਬ ਹੁੰਦਾ ਤਾਂ ਇੱਕ ਅੱਧੀ ਤਾਂ ਸੁਣਦਾ ਅਰਦਾਸ ਕੋਈ ਤਾਂ ਸੁਣਦਾ ਚਲੋ ਜ਼ਿਆਦਾ ਨਹੀਂ ਥੋੜ੍ਹੀ ਉਮਰ ਹੀ ਹੋਰ ਬਖਸ਼ ਦਿੰਦਾ ਬਸ ਇਹੀ ਆ ਅਸੀਂ ਹਮੇਸ਼ਾ ਇਹੀ ਦੁਆ ਕਰਦੇ ਹਾਂ ਕਿ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਤੁਹਾਨੂੰ ਦੁੱਖ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਆਵੇ ਜਿੱਦਾਂ ਤੁਹਾਡੇ ਸਹੁਰੇ ਪਰਿਵਾਰ ਵੱਲੋਂ ਤੁਹਾਡੀ ਹਰ ਇੱਕ ਵਿਸ਼ ਪੂਰੀ ਕੀਤੀ ਜਾ ਰਹੀ ਹੈ ਹਰ ਤੁਹਾਡੀ ਜ਼ਿੰਦਗੀ ਦੀ ਜਿਹੜੀ ਕਮੀ ਆ ਉਹ ਦੂਰ ਕੀਤੀ ਜਾ ਰਹੀ ਹੈ ਅੱਗੇ ਵੀ ਇਹਦੇ ਬਰਕਰਾਰ ਰਹੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਥੈਂਕ ਯੂ ਜੀ ਸਾਹਿਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਜੀ ਇਹ ਤਾਂ ਸੰਦੀਪ ਅਤੇ ਸਾਹਿਲ ਜਿਨ੍ਹਾਂ ਨੂੰ ਤੁਸੀਂ ਅਕਸਰ ਜਿਹੜਾ ਹੈਗਾ ਸ਼ੋਰਟ ਮੂਵੀਜ਼ ਦੇ ਵਿੱਚ ਦੇਖਦੇ ਹੋ ਅਤੇ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਦਰਦ ਤੁਹਾਡੇ ਤੱਕ ਪਹੁੰਚਾਇਆ ਜਾਵੇ ਕਿਉਂਕਿ ਇੱਦਾਂ ਦੇ ਹੋਰ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦੇ ਮਾਂ ਬਾਪ ਜਿਹੜਾ ਉਹਨਾਂ ਨੂੰ ਛੋਟੀ ਉਮਰੇ ਜਿਹੜਾ ਛੱਡ ਜਾਣਗੇ ਜਿਹੜੇ ਸਟਰਗਲ ਕਰ ਰਹੇ ਨੇ ਜਾਂ ਫਿਰ ਜਿਹੜੇ ਇਸ ਦੁੱਖ ਤੋਂ ਜਿਹੜਾ ਹੈਗਾ ਉਹ ਗੁਜ਼ਰ ਚੁੱਕੇ ਨੇ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਦੁੱਖ ਤੋਂ ਗੁਜ਼ਰ ਰਹੇ ਨੇ ਉਹਨਾਂ ਲਈ ਹੌਸਲਾ ਬਣ ਸਕੇ ਅਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ